ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਵਿੱਚ, ਅਤੇ ਮੈਂ ਹਾਂ ਪ੍ਰੀਤ ਰਮਨ। ਸੋ ਗੱਲ ਹਮੇਸ਼ਾ ਜਿੱਥੇ ਅਸੀਂ ਸਟੂਡੈਂਟ ਦੀ ਕਰੀਦੀ ਆ, ਉਹਨਾਂ ਨੂੰ ਬਾਹਰ ਭੇਜਣ ਦੀ ਕਰੀਦੀ ਆ, ਅਤੇ ਬਹੁਤ ਸਾਰੇ ਏਜੰਟ, ਬਹੁਤ ਸਾਰੇ ਕੰਸਲਟੈਂਟਸ ਦੇ ਨਾਲ ਤੁਹਾਨੂੰ ਮਿਲਵਾਉਣ ਦੀ ਕੋਸ਼ਿਸ਼ ਕਰੀਦੀ ਹੈ, ਸੱਚਾਈਆਂ ਤੋਂ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰੀਦੀ ਹੈ। ਸੋ ਅੱਜ ਮੈਂ ਸਪੈਸ਼ਲੀ ਗੱਲ ਕਰਨ ਵਾਲੀ ਹਾਂ, ਕਿਉਂਕਿ ਬਹੁਤ ਸਾਰੇ ਏਜੰਟ 'ਤੇ ਇਲਜ਼ਾਮ ਵੀ ਬਹੁਤ ਲੱਗਦੇ ਨੇ ਜਿੱਥੇ ਉਹ ਬਾਹਰ ਭੇਜਦੇ ਨੇ। ਬਹੁਤ ਸਾਰੇ ਸਟੂਡੈਂਟਸ ਆਪਣਾ ਉੱਥੇ ਜਾ ਕੇ ਭਵਿੱਖ ਬਣਾ ਚੁੱਕੇ ਨੇ, ਪੂਰੀਆਂ ਪੂਰੀਆਂ ਫੈਮਲੀ ਸੈਟਲ ਹੋ ਚੁੱਕੀਆਂ ਨੇ ਉੱਥੇ ਹੀ। ਕਿਤੇ ਨਾ ਕਿਤੇ ਕੁਛ ਪੁਆਇੰਟ ਇੱਦਾਂ ਦੇ ਵੀ ਹੈਗੇ ਨੇ ਜਿਹਨੂੰ ਲੈ ਕੇ ਲੋਕ ਡਰ ਜਾਂਦੇ ਨੇ, ਜਿਹਨੂੰ ਲੈ ਕੇ ਬਹੁਤ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਅਲੱਗ ਅਲੱਗ ਏਜੰਟਸ 'ਤੇ ਲੱਗਦੇ ਨੇ। ਇਹ ਸੱਚ ਵੀ ਹੈ ਕਿ ਕਿਤੇ ਨਾ ਕਿਤੇ ਹਰ ਕੰਮ ਦੇ ਵਿੱਚ ਠੱਗੀ ਤਾਂ ਹੁੰਦੀ ਹੁੰਦੀ ਹੈ, ਪਰ ਮੈਂ ਜਿਵੇਂ ਹਮੇਸ਼ਾ ਪਹਿਲਾਂ ਵੀ ਸ਼ੋਅਜ਼ ਦੇ ਵਿੱਚ ਕਹਿ ਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਇੱਦਾਂ ਹੀ ਤੁਸੀਂ ਵੀ ਆਪ ਹੀ ਜ਼ਿੰਮੇਵਾਰ ਹੋ ਕਿ ਤੁਸੀਂ ਕਿਹਨੂੰ ਚੂਜ਼ ਕਰ ਰਹੇ ਹੋ ਆਪਣੇ ਭਵਿੱਖ ਵਾਸਤੇ। ਫਿਲਹਾਲ ਇਹ ਸਾਰੀਆਂ ਗੱਲਾਂ ਨੂੰ ਛੱਡਦੇ ਹਾਂ। ਅੱਜ ਜਿਹੜੇ ਇਲਜ਼ਾਮ ਲੱਗੇ ਨੇ ਏਜੰਟਸ ਦੇ ਉੱਤੇ, ਉਹਨਾਂ ਹੀ ਇਲਜ਼ਾਮਾਂ ਦੇ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਸ ਸ਼ੋਅ ਦੇ ਵਿੱਚ। ਅਤੇ ਸਾਈ ਓਵਰਸੀਜ਼ ਦੇ ਆਫਿਸ ਦੇ ਵਿੱਚ ਪਹੁੰਚ ਚੁੱਕਿਆ ਇੱਕ ਬਹੁਤ ਵੱਡੇ ਕੰਸਲਟੈਂਟ, ਜਿਨ੍ਹਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਬੱਚਿਆਂ ਨੂੰ ਬਾਹਰ ਭੇਜਿਆ। ਉਹਨਾਂ ਕੋਲੋਂ ਜਾਣਦਾ ਕਿ ਇਲਜ਼ਾਮਾਂ ਦੇ ਪਿੱਛੇ ਦੀ ਸੱਚਾਈ ਕਿੰਨੀ ਕੁ ਹੈਗੀ ਹੈ। ਜੀ ਬਲਜਿੰਦਰ ਸਹਿਗਲ ਜੀ ਸਾਡੇ ਨਾਲ ਨੇ, ਸਵਾਗਤ ਕਰ ਲੈਂਦੇ ਹਾਂ। ਹੈਲੋ ਸਰ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਮੈਮ, ਪ੍ਰੋਗਰਾਮ ਦੇਖ ਰਹੇ ਸਾਰੇ ਵਿਅਰਸ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਸਰ, ਜਿਵੇਂ ਮੈਂ ਕਿਹਾ ਕਿ ਹਮੇਸ਼ਾ ਚਲ ਠੀਕ ਹੈ, ਬੱਚਿਆਂ ਦੀ ਅਸੀਂ ਗੱਲ ਕਰਾਂਗੇ ਹੀ ਕਰਾਂਗੇ, ਪਰ ਇਲਜ਼ਾਮ ਬਹੁਤ ਵੱਡੇ ਵੱਡੇ ਲੱਗੇ ਨੇ ਸਾਰੇ ਏਜੰਟਸ 'ਤੇ। ਕਿਤੇ ਨਾ ਕਿਤੇ ਜਿੱਥੇ ਚੰਗਾ ਕੰਮ ਇਸ ਇੰਡਸਟਰੀ ਵੱਲੋਂ ਕੀਤਾ ਜਾ ਰਿਹਾ, ਉੱਥੇ ਦੂਜੇ ਪਾਸੇ ਬਦਨਾਮ ਵੀ ਬਹੁਤ ਹੁੰਦੀ ਹੈ ਇੰਡਸਟਰੀ। ਦੇਖੋ ਮੈਮ, ਇੱਕ ਯੂਨੀਵਰਸਲ ਟਰੂਥ ਹੈ ਕਿ ਹੱਥ ਦੀਆਂ ਪੰਜੋਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਰਾਈਟ? ਸੋ ਦੈਟਸ ਵਾਈ ਕੋਈ ਕੰਸਲਟੈਂਟ ਅੱਛਾ ਹੈ ਤੇ ਕੋਈ ਬੁਰਾ ਵੀ ਹੈ। ਅਗਰ ਸਾਰੇ ਹੀ ਅੱਛੇ ਹੋ ਜਾਣਗੇ ਤਾਂ ਸਾਰੀ ਦੁਨੀਆ ਕਦੀ ਨਹੀਂ ਅੱਛੀ ਹੋ ਸਕਦੀ। ਸੋ ਗੋਡ ਨੇ ਅੱਛੇ ਪਰਸਨ ਵੀ ਬਣਾਏ ਆ, ਕੁਛ ਬੁਰੇ ਵੀ ਬਣਾਏ ਆ, ਕੋਈ ਗੋਰੇ ਬਣਾਏ ਆ, ਕੋਈ ਕਾਲੇ ਬਣਾਏ ਆ, ਕੋਈ ਲੰਬਾ ਬਣਾਇਆ, ਕੋਈ ਛੋਟਾ ਬਣਾਇਆ। ਸੋ ਇਹ ਇੱਕ ਚਲੋ ਡਿਬੇਟ ਦਾ ਇੱਕ ਹਿੱਸਾ ਹੈ ਜੀ। ਅੱਛਾ, ਪਹਿਲਾ ਇਲਜ਼ਾਮ ਜੋ ਮੈਂ ਲਾਉਣਾ ਚਾਹੁੰਦੀ ਹਾਂ ਤੁਹਾਡੇ 'ਤੇ, ਮੈਂ ਨਹੀਂ ਲਾ ਰਹੀ, ਲੋਕ ਲਾ ਰਹੇ ਨੇ, ਕਹਿੰਦੇ ਕਿ ਏਜੰਟਾਂ ਨੇ ਮਿਲ ਕੇ ਸਾਰਾ ਪੰਜਾਬ ਖਾਲੀ ਕਰ ਦਿੱਤਾ, ਹੁਣ ਇੱਥੇ ਯੂਥ ਬਚਿਆ ਨਹੀਂ ਪੰਜਾਬ ਦੇ ਵਿੱਚ। ਮਤਲਬ ਕਿ ਇੱਕ ਇਸ ਤਰ੍ਹਾਂ ਪੋਰਟਰੇਟ ਕੀਤਾ ਜਾ ਰਿਹਾ ਕਿ ਏਜੰਟਾਂ ਦਾ ਹੀ ਕਸੂਰ ਹੈ, ਇਹਨਾਂ ਨੇ ਸਾਰੇ ਜਵਾਨ ਮੁੰਡੇ ਕੁੜੀਆਂ ਨੂੰ ਬਾਹਰ ਭੇਜ। ਚਲੋ ਮੈਮ, ਇਹ ਇਲਜ਼ਾਮ ਲੈ ਕੇ ਮੈਨੂੰ ਬੜਾ ਅੱਛਾ ਵੀ ਫੀਲ ਹੋਇਆ, ਪ੍ਰਾਊਡ ਵੀ ਫੀਲ ਹੋਇਆ, ਬਿਕੋਜ਼ ਆਫ ਰੀਜ਼ਨ ਹੈ ਮੈਮ, ਕਿਉਂਕਿ ਮੈਂ ਇਹ ਚੀਜ਼ਾਂ ਦੱਸਦਾ ਕਿ ਜਦੋਂ ਮੈਂ ਵੀਜ਼ਾ ਹੈਂਡ ਓਵਰ ਕਰਦਾ ਨਾ ਬੱਚਿਆਂ ਨੂੰ, ਗਰੁੱਪ ਦੇ ਵਿੱਚ ਜਦੋਂ ਸਾਡੇ 20, 30, 40, 50 ਵੀਜ਼ਾ ਆਉਂਦੇ ਇੱਕ ਇੱਕ ਦਿਨ, ਜਦੋਂ ਅਸੀਂ ਸਾਰਿਆਂ ਨੂੰ ਇਕੱਠੇ ਕਰਦੇ ਹਾਂ, ਉਸ ਟਾਈਮ ਜੋ ਪੇਰੈਂਟਸ ਸੀ, ਜੋ ਮਦਰ ਦੇ ਜੋ ਮੈਡਮ ਫੀਲਿੰਗ ਹੁੰਦੀ ਹੈ ਨਾ ਫੇਸ 'ਤੇ, ਮਤਲਬ ਉਹ ਮੈਂ ਕਈ ਵਾਰੀ ਇਹ ਦੇਖਦਾ ਕਿ ਕਿੰਨੇ ਕਿੰਨੇ ਬਜ਼ੁਰਗ, ਚਲੋ ਮੈਂ ਇਸ ਕਰਕੇ ਸੋਰੀ ਫੀਲ ਕਰਦਾ ਇਸ ਵਰਡ ਵਾਸਤੇ, ਕਿ ਉਹ ਪੈਰੀ ਹੱਥ ਲਗਾਉਣਾ ਸ਼ੁਰੂ ਕਰ ਦਿੰਦੇ ਆ, ਤਾਂ ਮੈਂ ਉਹਨਾਂ ਦੇ ਹੱਥ ਪੈਰ ਪਕੜਦਾ, ਹੱਥ ਪਕੜਦਾ, ਉਹਨਾਂ ਦੇ ਨਹੀਂ ਨਹੀਂ ਸਰ ਤੁਸੀਂ ਤਾਂ ਮੇਰੇ ਨਾਲੋਂ ਬਹੁਤ ਜ਼ਿਆਦਾ ਏਜਡ ਹੋ, ਤਾਂ ਉਹ ਕਹਿੰਦੇ ਨਹੀਂ ਸਾਨੂੰ ਪਤਾ ਕਿ ਸਾਨੂੰ ਕੀ ਦੇ ਤਾ ਤੁਸੀਂ। ਸੋ ਇੱਕੋ ਜੋ ਸਤਿਕਾਰ, ਜੋ ਇਮੋਸ਼ਨਸ ਉਹਨਾਂ ਦੇ ਨਿਕਲ ਕੇ ਆਉਂਦੇ ਆ, ਉਹ ਜੋ ਦੇਖ ਕੇ ਖੁਦ ਨੂੰ ਜੋ ਪ੍ਰਾਊਡ ਫੀਲ ਹੁੰਦਾ, ਉਹ ਖੁਦ ਨੂੰ ਡੈਡੀਕੇਸ਼ਨ ਆਉਂਦੀ ਹੈ ਕਿ ਨਹੀਂ ਯਾਰ ਉਹੀ ਰੀਜ਼ਨ ਹੈ ਕਿ ਅਸੀਂ ਦਿਨ ਰਾਤ, ਉਹ ਸਾਡਾ ਸਟਾਫ ਵੀ ਐਡਾ ਹਾਰਡ ਵਰਕਰ ਹੈ ਕਿ ਜਦੋਂ ਉਹ ਦੇਖਦਾ ਕਿ ਕਿੰਨੀਆਂ ਦੁਆਵਾਂ ਅਸੀਂ ਖੁਦ ਵੀ ਜਦੋਂ ਅਸੀਂ ਟੀਮ ਇਕੱਠੀ ਕਰਦੇ ਹਾਂ, ਮੀਟਿੰਗ ਲੈਂਦੇ ਹਾਂ, ਅਤੇ ਚੀਜ਼ ਆਪਣੇ ਸਟਾਫ ਨੂੰ ਮੋਟੀਵੇਸ਼ਨ ਵਾਸਤੇ ਜ਼ਰੂਰ ਦੱਸਦੇ ਹਾਂ ਕਿ ਤੁਹਾਨੂੰ ਕਿੰਨੀਆਂ ਜ਼ਿਆਦਾ ਬਲੈਸਿੰਗ ਮਿਲਦੀਆਂ ਹੋਣਗੀਆਂ, ਚਾਹੇ ਫਰੰਟ ਫੇਸ ਤੁਸੀਂ ਨਹੀਂ ਹੋ, ਲੇਕਿਨ ਤਦ ਵੀ ਜਦੋਂ ਕਹਿੰਦੇ ਨੇ ਕਿ ਸਾਈ ਓਵਰਸੀਜ਼, ਉਹ ਸਾਈ ਓਵਰਸੀਜ਼ ਟੀਮ ਹੈ, ਉਹ ਇਕੱਲਾ ਇੱਕ ਓਨਰ ਦੀ ਟੀਮ ਨਹੀਂ ਹੈ, ਪੂਰੇ ਜਿੰਨੇ ਸਾਡਾ ਸਟਾਫ ਹੈ ਸਾਰੇ ਸਟਾਫ ਦੀ ਟੀਮ ਵਰਕ ਹੈ, ਉਹ ਟੀਮ ਵਰਕ ਦੇ ਨਾਲ ਉਹ ਬੱਚੇ ਦੀ ਲਾਈਫ ਜਿਹੜੀ ਬਣੀ ਹੈ, ਔਰ ਉਹਨਾਂ ਦੀਆਂ ਦੁਆਵਾਂ, ਸਿਰਫ ਉਹਨਾਂ ਦੀਆਂ ਦੁਆਵਾਂ ਨਹੀਂ, ਜਦੋਂ ਬੱਚਾ ਹਮੇਸ਼ਾ ਯਾਦ ਕਰਦਾ ਜਦੋਂ ਲਾਈਫ ਵਿੱਚ ਸਕਸੈਸ ਹੁੰਦਾ, ਕੱਲ੍ਹ ਨੂੰ ਉਹਦੀ ਮੈਰਿਜ ਹੁੰਦੀ ਹੈ, ਬੱਚੇ ਪੈਦਾ ਹੁੰਦੇ ਆ ਫੋਰਨ ਕੰਟਰੀ ਜਾ ਕੇ, ਉੱਥੋਂ ਦੇ ਸਿਟੀਜ਼ਨ ਹੁੰਦੇ ਆ, ਅਤੇ ਉਹ ਸੋਚਦਾ ਯਾਰ ਮੇਰੀ ਲਾਈਫ ਜਿਹੜੀ ਬਣਾਈ ਸੀ ਨਾ, ਮੈਂ ਸਾਈ ਓਵਰਸੀਜ਼ ਤੋਂ ਵੀਜ਼ਾ ਲਗਵਾਇਆ ਸੀ, ਅਤੇ ਉਹਦੀਆਂ ਬਲੈਸਿੰਗ ਗੋਡ ਸਾਰਿਆਂ ਨੂੰ ਦਿੰਦਾ, ਔਰ ਜਿਹਨੇ ਜਿਹਨੇ ਉਹਦੇ ਫਾਈਲ ਦੇ ਵਿੱਚ ਹਾਰਡਵਰਕ ਐਫਰਟਸ ਕੀਤਾ ਹੁੰਦਾ, ਉਹ ਸਭ ਨੂੰ ਉਹ ਬਲੈਸਿੰਗ ਮਿਲਦੀਆਂ। ਸੋ ਦੇਖੋ, ਅਗਰ ਆਪਾਂ ਇਹ ਕਰਦੇ ਹਾਂ ਕਿ ਸਾਰਾ ਪੰਜਾਬ ਅਸੀਂ ਬਾਹਰ ਭੇਜਤਾ,
ਅਗਰ ਲੋਕਾਂ ਨੂੰ ਇੱਥੇ ਆਪਸ਼ਨਸ ਅੱਛੀਆਂ ਮਿਲਦੀਆਂ ਤਾਂ ਲੋਕ ਨਾ ਜਾਂਦੇ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਬਾਹਰ ਜਾ ਕੇ ਅਸੀਂ ਲੱਖਾਂ ਰੁਪਏ ਕਮਾ ਸਕਦੇ ਹਾਂ, ਆਪਣੇ ਪੇਰੈਂਟਸ, ਆਪਣੀ ਫੈਮਿਲੀ, ਆਪਣੇ ਫੈਸਟੀਵਲ ਛੱਡ ਕੇ, ਸਾਰੇ ਬਚਪਨ ਦੇ ਯਾਰ ਦੋਸਤ ਛੱਡ ਕੇ। ਮੈਡਮ ਕਿਹਦਾ ਦਿਲ ਕਰਦਾ ਹੈ, ਕਿਸੇ ਦਾ ਦਿਲ ਨਹੀਂ ਕਰਦਾ ਆਪਣੀ ਕੰਟਰੀ ਛੱਡ ਕੇ, ਜਿੱਥੇ ਕਿ ਅਸੀਂ ਸ਼ੁਰੂ ਤੋਂ, ਈਵਨ ਮੈਂ ਤਾਂ ਕਹਾਂਗਾ ਕਿ ਆਪਣੇ ਘਰ ਦੇ ਬਾਹਰ ਇੱਕ ਸੜਕ ਹੈ, ਸੜਕ ਨਾਲ ਹੀ ਪਿਆਰ ਹੋ ਜਾਂਦਾ ਹੈ, ਉੱਥੋਂ ਦੇ ਲੋਕਾਂ ਦੀਆਂ ਦੀਵਾਰਾਂ ਨਾਲ ਪਿਆਰ ਹੋ ਜਾਂਦਾ ਹੈ, ਉਹ ਸਾਰਾ ਕੁਛ ਛੱਡ ਕੇ, ਤਾਂ ਹੀ ਤਾਂ ਅਸੀਂ ਕਹਿੰਦੇ ਕਿ ਬਾਹਰ ਜਾ ਕੇ ਸਾਨੂੰ ਆਪਣੇ ਵਤਨ ਦੀ ਮਿੱਟੀ ਯਾਦ ਆਉਂਦੀ ਹੈ, ਉਹਦੀ ਫ੍ਰੈਗਨੈਂਸ ਯਾਦ ਆਉਂਦੀ ਹੈ। ਸੋ ਕਿਤੇ ਨਾ ਕਿਤੇ ਅਸੀਂ ਸ਼ੁਰੂ ਤੋਂ ਅਟੈਚ ਹੁੰਦੇ ਹਾਂ ਆਪਣੇ ਉਸ ਜ਼ਮੀਰ ਦੇ ਨਾਲ, ਲੇਕਿਨ ਕਿਤੇ ਨਾ ਕਿਤੇ ਜਦੋਂ ਬੱਚੇ ਨੂੰ ਲੱਗਦਾ ਕਿ ਮੇਰੇ ਇੱਥੇ ਕੁਛ ਬਣ ਹੀ ਨਹੀਂ ਰਿਹਾ, ਮੇਰੀ ਲਾਈਫ ਵਿੱਚ ਕੁਛ ਨਹੀਂ ਹੈ, ਅਤੇ ਮੈਨੂੰ ਆਪਣੀ ਲਾਈਫ ਵਿੱਚ ਸਕਸੈਸ ਹੋਣ ਵਾਸਤੇ ਇਹ ਹਾਰਡ ਡਿਸੀਜ਼ਨ ਲੈਣਾ ਪੈਂਦਾ, ਅਤੇ ਉਦੋਂ ਜਿਹੜੀ ਉਹਦੀ ਹੈਲਪ ਕਰਦਾ ਉਹ ਇਨਸਾਨ ਉਹਨੂੰ ਕਿੰਨੀਆਂ ਦੁਆਵਾਂ ਦਿੰਦਾ ਹੋਏਗਾ ਕਿ ਇਸ ਬੰਦੇ ਕਰਕੇ ਮੇਰੀ ਲਾਈਫ ਬਣੀ। ਬਿਲਕੁਲ ਬਿਲਕੁਲ ਜੀ। ਸੋ ਜਿਹੜਾ ਇਹ ਇਲਜ਼ਾਮ ਸੀਗਾ ਪੰਜਾਬ ਖਾਲੀ ਕਰ ਦਿੱਤਾ, ਇਹਦੇ ਪਿੱਛੇ ਦੀ ਜਿਹੜੀ ਸੱਚਾਈ ਹੈਗੀ ਆ ਸਰ ਨੇ ਤੁਹਾਨੂੰ ਆਪ ਹੀ ਦੱਸ ਦਿੱਤੀ ਹੈਗੀ ਆ, ਕਿਉਂਕਿ ਵਾਕਈ ਇਹ ਸੱਚ ਵੀ ਹੈਗਾ ਕਿ ਇੱਥੇ ਅਸੀਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ ਬਹੁਤ ਘੱਟ ਲੋਕ ਨੇ ਜਿਹੜਾ ਆਪਣਾ ਫਿਊਚਰ ਸੈੱਟ ਕਰ ਪਾਉਂਦੇ ਨੇ, ਨਹੀਂ ਤਾਂ ਪੇਰੈਂਟਸ ਵੀ ਪੈਸੇ ਖੁਣੋ, ਉਹਨਾਂ ਨੇ ਵੀ ਪੂਰੀ ਜ਼ਿੰਦਗੀ ਇੱਦਾਂ ਹੀ ਬਿਤਾਈ ਆ, ਫਿਰ ਅੱਗੇ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵੀ ਇੱਦਾਂ ਹੀ ਜੀਣ। ਅਤੇ ਜਦੋਂ ਇੱਕ ਬਾਹਰ ਬੱਚਾ ਚਲਾ ਜਾਂਦਾ ਇੱਕ ਚੰਗੇ ਏਜੰਟ ਦੇ ਥਰੂ, ਮੇਨ ਗੱਲ ਹੈ ਇੱਕ ਸਹੀ ਏਜੰਟ ਦੇ ਥਰੂ, ਜਦੋਂ ਬੱਚਾ ਇੱਕ ਬਾਹਰ ਜਾਂਦਾ ਇੱਕ ਇਕੱਲਾ ਬੱਚਾ ਨਹੀਂ, ਉਹਦਾ ਪੂਰੀ ਫੈਮਿਲੀ ਜਿਹੜੀ ਉੱਥੇ ਸੈੱਟ ਹੋ ਜਾਂਦੀ ਹੈ। ਨਮਨ ਮੈਮ, ਜੇ ਤੁਹਾਨੂੰ ਇੰਟਰਪਟ ਕਰਾਂਗਾ, ਸੋਰੀ ਫੋਰ ਦੈਟ। ਦੇਖੋ ਇੱਕ ਬੱਚਾ, ਮੈਂ ਇਸ ਤਰ੍ਹਾਂ ਦੇ ਵੀ ਮੇਰੇ ਕੋਲ ਐਗਜ਼ਾਮਪਲਸ ਨੇ ਕਿ ਇੱਕ ਵਿਡੋ ਮਦਰ ਦਾ ਇੱਕ ਇੱਕ ਮੁੰਡਾ, ਇੱਕ ਇੱਕ ਬੱਚਾ ਬਾਹਰ ਗਿਆ, ਅਤੇ ਮੇਰਾ ਉਹਨਾਂ ਨੂੰ ਕੁਐਸਚਨ ਹੁੰਦਾ ਹੈ ਕਿ ਮੈਡਮ ਤੁਸੀਂ ਕਿੱਦਾਂ, ਤੁਹਾਡਾ ਇੱਕ ਬੱਚਾ ਤੁਹਾਡੇ ਹਸਬੈਂਡ ਵੀ ਚਲੋ ਨਹੀਂ ਹੈ, ਐਕਸਪਾਇਰ ਹੋ ਗਏ, ਤੁਸੀਂ ਆਪਣਾ ਇੱਕ ਬੱਚਾ ਉਹਨੂੰ ਵੀ ਬਾਹਰ ਭੇਜ ਰਹੇ ਹੋ, ਅਤੇ ਤੁਸੀਂ ਕਿਸ ਆਸਰੇ, ਕਿਹਦੀ ਉਮੀਦ 'ਤੇ ਤੁਸੀਂ ਜੀ ਰਹੇ ਹੋ? ਤੋ ਮਾਂ ਦਾ ਮਤਲਬ ਰੋਂਦੇ ਹੋਏ ਆਂਸੂ ਨਿਕਲਦੇ ਹੋਏ ਇਹ ਆਂਸਰ ਹੁੰਦਾ ਕਿ ਕੋਈ ਗੱਲ ਨਹੀਂ, ਮੇਰੇ ਪੁੱਤਰ ਦੀ ਲਾਈਫ 'ਤੇ ਬਣ ਜਾਏ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਬਿਲਕੁਲ ਜੀ ਬਿਲਕੁਲ, ਪੂਰੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਬੱਚਿਆਂ 'ਤੇ ਲਾ ਦਿੰਦੇ, ਕਰਜ਼ੇ ਵੀ ਚੱਕਦੇ ਨੇ। ਸੋ ਪਰ ਇੱਕ ਇਹ ਹੈ ਕਿ ਜਿਹੜੇ ਬੱਚੇ ਹੁਣ, ਬੱਚੇ ਛੱਡੋ, ਪੇਰੈਂਟਸ ਥੋੜ੍ਹੇ ਥੋੜ੍ਹੇ ਪੈਸਿਆਂ ਲਈ ਇੱਥੇ ਤਰਸਦੇ ਨੇ, ਜਦੋਂ ਇੱਕ ਬੱਚਾ ਬਾਹਰ ਚੱਲ ਜਾਂਦਾ ਉਹੀ ਫਿਰ ਮਰਸਡੀਜ਼ ਦੇ ਵਿੱਚ ਵੀ ਘੁੰਮਦੇ ਨੇ, ਸੋ ਇੱਕ ਬਹੁਤ ਵਧੀਆ ਜ਼ਿੰਦਗੀ ਹੋ ਜਾਂਦੀ ਹੈ। ਸੋ ਮੈਂ ਵੀ ਬਹੁਤ ਸਾਰੀਆਂ ਬੱਚਿਆਂ ਦੀ ਗੱਲਬਾਤ ਸੁਣੀ ਹੈਗੀ ਆ। ਸਾਈਂ ਓਵਰਸੀਜ਼ ਦੇ ਇੰਸਟਾਗ੍ਰਾਮ ਪੇਜ ਨੂੰ ਤੁਸੀਂ ਵੀ ਫੋਲੋ ਕਰ ਸਕਦੇ ਹੋ, ਸਾਈਂ ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼ ਦੇ ਨਾਮ ਤੋਂ ਆ। ਉੱਥੇ ਮੈਂ ਵੀ ਬੱਚਿਆਂ ਦੀ ਬਹੁਤ ਇਮੋਸ਼ਨਲ ਸਪੀਚ ਜਿਹੜੀਆਂ ਹੈਗੀਆਂ ਉਹ ਸੁਣੀਆਂ ਹੈਗੀਆਂ ਨੇ, ਜਿਵੇਂ ਸਰ ਨੇ ਦੱਸਿਆ ਹੀ ਆ। ਸੋ ਚਲੋ ਇਹ ਇਲਜ਼ਾਮ ਦਾ ਜਵਾਬ, ਇਹਦੇ ਨਾਲ ਦੇਖੋ ਨਾ ਇੱਕ ਚੀਜ਼ ਹੋਰ ਬੈਨੀਫਿਟ ਹੈ ਨਾ, ਜਿਵੇਂ ਕਿ ਹੁਣ ਕੈਨੇਡਾ ਦੀ ਐਗਜ਼ਾਮਪਲ ਦਿੰਦਾ ਕਿ ਬੱਚੇ ਜਾ ਰਹੇ ਆ ਕੈਨੇਡਾ, ਤੇ ਉਹਨਾਂ ਦਾ ਸੁਪਰ ਵੀਜ਼ਾ ਉਹਨਾਂ ਨੇ ਸਟਾਰਟ ਕੀਤਾ ਇੱਕ ਪੇਰੈਂਟਸ ਵਾਸਤੇ, ਜਿਹੜਾ ਕਿ ਬੱਚਿਆਂ ਨੂੰ 10 ਸਾਲ ਦਾ ਵੀਜ਼ਾ ਮਿਲਦਾ, ਉਹ ਇਕੱਠੇ ਹੋ ਕੇ ਬਹੁਤ ਟਾਈਮ ਤੱਕ ਵੀ ਰਹਿਣਾ ਚਾਹੁੰਦੇ, 2-3 ਸਾਲ ਤੱਕ ਕੰਟੀਨਿਊਸਲੀ ਉੱਥੇ ਰਹਿ ਸਕਦੇ ਆ। ਤੋ ਮਾਵਾਂ ਨੂੰ ਵੀ ਕਿੰਨਾ ਅੱਛਾ ਫੀਲ ਹੁੰਦਾ ਹੋਏਗਾ ਨਾ ਕਿ ਜਦੋਂ ਬੱਚੇ ਇਨਵਾਈਟ ਕਰਦੇ ਆਪਣੇ ਮਦਰ ਨੂੰ, ਉੱਥੇ ਜਾ ਕੇ ਫਿਰ ਉਹ ਕੰਪਨੀ ਮਿਲਦੀ ਹੈ ਆਪਣੀ ਮਦਰ ਨੂੰ, ਉਹ ਫਿਰ ਇਕੱਠੇ ਹੋ ਜਾਂਦੇ ਆ। ਲੇਕਿਨ ਇਕੱਠੇ ਹੋਣ ਦੇ ਨਾਲ ਇੱਕ ਅੱਛਾ ਵੈਦਰ, ਅੱਛਾ ਐਟਮੋਸਫੇਅਰ, ਅੱਛੀ ਲਾਈਫ, ਸਭ ਕੁਝ, ਮਾਂ ਵੀ ਕਿੰਨੀ ਖੁਸ਼ ਹੁੰਦੀ ਹੋਏਗੀ ਆਪਣੇ ਬੱਚੇ ਨੂੰ ਦੇਖ ਕੇ। ਇੱਥੇ ਨੋ ਡਾਊਟ ਕੋਲ ਸੀ, ਲੇਕਿਨ ਕਿਤੇ ਨਾ ਕਿਤੇ ਹੋਏਗਾ ਬੱਚਾ ਕੰਮ ਨਹੀਂ ਮਿਲ ਰਿਹਾ, ਕੰਮ ਮਿਲ ਰਿਹਾ ਤੇ ਬੱਚਾ ਆਪਣੀ ਲਾਈਫ ਤੋਂ ਸੈਟਿਸਫਾਈਡ ਨਹੀਂ ਹੈ। ਸੋ ਇਸ ਚੀਜ਼ ਦਾ ਆਂਸਰ ਕੀ ਹੈ ਤੁਹਾਡੇ ਕੋਲ? ਬੱਚਾ ਆਪਣੀ ਲਾਈਫ ਤੋਂ ਸੈਟਿਸਫਾਈਡ ਨਹੀਂ ਹੈ, ਘਰ ਆ ਕੇ ਆਪਣੀ ਮਦਰ ਨੂੰ ਕਹਿੰਦਾ ਕਿ ਮੈਂ ਖੁਸ਼ ਨਹੀਂ ਹਾਂ। ਮੈਂ, ਕਿਉਂਕਿ ਮੈਂ ਖੁਦ ਦੀ ਗੱਲ ਕਰਾਂ ਤਾਂ ਮੇਰੀ ਆਪਣੀ ਲਾਈਫ ਦੇ ਵਿੱਚ ਆਪਣੇ ਮੇਰੇ ਰਿਲੇਟਿਵ ਜਿਹੜੇ ਕਿ ਬੱਚੇ ਬਾਹਰ ਚਲੇ ਗਏ, ਤਾਂ ਮਾਸੀ ਜੀ, ਮੈਂ ਆਪਣੀ, ਚਲੋ ਮਾਸੀ ਜੀ ਦੀ ਗੱਲ ਕਰ ਰਿਹਾ, ਤਾਂ ਉਹਨਾਂ ਦੇ ਮਾਸੜ ਜੀ ਇੱਥੇ ਨੇ, ਬੱਚੇ ਬਾਹਰ ਚਲੇ ਗਏ, ਦੋਨੋਂ ਬੱਚੇ, ਇੱਕ ਬੇਟਾ ਇੱਕ ਬੇਟੀ, ਦੋਨੋਂ ਬਾਹਰ ਚਲੇ ਗਏ, ਤਾਂ ਉਹ ਬਜ਼ੁਰਗ ਹੈ, ਲੇਕਿਨ ਉਹਨਾਂ ਨੂੰ ਇਹ ਹੀ ਹੌਸਲਾ ਕਿ ਸਾਡੇ ਬੱਚੇ ਦੀ ਲਾਈਫ ਬਣ ਗਈ, ਚਲੋ ਅਸੀਂ ਆਪਣੇ ਬੱਚੇ ਦੀ ਲਾਈਫ ਬਣਾਉਣ ਵਾਸਤੇ। ਲੇਕਿਨ ਅੱਜ ਵੀ ਮੈਨੂੰ ਦੱਸਦੇ ਕਿ ਜਦੋਂ ਫੋਨ ਆਉਂਦਾ ਦੀਵਾਲੀ ਦੇ, ਦੁਸਹਿਰਾ ਦੇ, ਕੋਈ ਵੀ ਫੈਸਟੀਵਲ 'ਤੇ, ਤਾਂ ਉਹ ਰੋਂਦੇ ਹੈ
ਲੇਕਿਨ ਨੋ ਡਾਊਟ ਉਹਨਾਂ ਦਾ ਰੋਣਾ ਜਾਇਜ਼ ਆ, ਲੇਕਿਨ ਉਹ ਇੱਕ ਬੱਚੇ ਵਾਸਤੇ ਕਿੱਡੀ ਵੱਡੀ ਕੁਰਬਾਨੀ ਦਿੰਦੇ ਆ, ਜਿਹਨੂੰ ਸ਼ੁਰੂ ਤੋਂ ਲੈ ਕੇ ਉਹ 12th ਤੱਕ ਪੜ੍ਹਾਉਂਦੇ ਆ, ਉਹਦੇ ਨਾਲ ਰਹਿੰਦੇ ਆ, ਆਪਣੀ ਪੂਰੀ ਲਾਈਫ ਉਹਨਾਂ 'ਚ ਦੇਖਦੇ ਆ, ਅਤੇ ਲਾਸਟ 'ਚ ਆਪਣਾ ਬੱਚਾ ਅਬਰੋਡ ਭੇਜ ਦਿੰਦੇ ਆ। ਅਤੇ ਕਿਤੇ ਨਾ ਕਿਤੇ ਮੈਂ ਉਹ ਬੱਚਿਆਂ ਨੂੰ ਵੀ ਜ਼ਰੂਰ ਅਪੀਲ ਕਰਾਂਗਾ, ਰਿਕੁਐਸਟ ਕਰਾਂਗਾ ਹੱਥ ਜੋੜ ਕੇ ਕਿ ਆਪਣੇ ਮਾਂ ਪਿਓ ਨੂੰ ਕਦੀ ਭੁੱਲੋ ਨਾ। ਜਦੋਂ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ ਜ਼ਰੂਰ ਉਹਨਾਂ ਨੂੰ ਕਾਲ ਕਰੋ, ਬਜਾਏ ਇਹਦੇ ਕਿ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਟਾਈਮ ਵੇਸਟ ਕਰਕੇ ਜਾਂ ਆਪਣੇ ਦੋਸਤਾਂ ਨਾਲ ਗੋਸਿਪ ਹੋ ਗਈ। ਨੋ ਡਾਊਟ ਹਾਰ ਨੂੰ ਹਾਰ ਪਿਆਰਾ, ਬੜੀ ਅੱਛੀ ਗੱਲ ਕਿਸੇ ਨੇ ਕਹੀ ਸੀ, ਅਤੇ ਅਸੀਂ ਸੋਚਦੇ ਹਾਂ ਕਿ ਨਹੀਂ ਯਾਰ ਟਾਈਮ ਸਾਡੇ ਕੋਲ ਹੈਗਾ, ਅਸੀਂ ਆਪਣੇ ਫਰੈਂਡਸ ਦੇ ਨਾਲ ਸਪੈਂਡ ਕਰੀਏ, ਪੇਰੈਂਟਸ ਨੂੰ ਕੀ ਕਾਲ ਕਰਨੀ ਹੈ, ਲੇਕਿਨ ਨਹੀਂ, ਉਹਨਾਂ ਨੂੰ ਵੀ ਤੁਸੀਂ ਜ਼ਰੂਰ ਟਾਈਮ ਦਿਓ। ਅਗਰ ਤੁਸੀਂ ਸੈੱਟ ਅੱਛੇ ਹੋ ਗਏ ਤਾਂ ਉਹਨਾਂ ਨੂੰ ਇਨਵਾਈਟ ਕਰੋ, ਉਹਨਾਂ ਨੂੰ ਆਪਣੇ ਕੋਲ ਰੱਖੋ ਉੱਥੇ, ਅਗਰ ਤੁਸੀਂ ਅਫੋਰਡ ਕਰ ਸਕਦੇ ਹੋ, ਅਤੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹਨਾਂ ਨੂੰ ਆਪਣੇ, ਕਿਉਂਕਿ ਇੱਕ ਬਜ਼ੁਰਗ ਨੂੰ ਹੋਰ ਕੁਛ ਨਹੀਂ ਚਾਹੀਦਾ ਹੁੰਦਾ, ਇੱਕ ਬਜ਼ੁਰਗ ਨੂੰ ਸਿਰਫ ਤੁਹਾਡਾ ਟਾਈਮ ਔਰ ਤੁਹਾਡੇ ਕੋਲ ਰਿਸਪੈਕਟ ਚਾਹੀਦੀ ਹੈ। ਅਗਰ ਤੁਸੀਂ ਇਹ ਦੋਨੋਂ ਚੀਜ਼ਾਂ ਉਹਨਾਂ ਨੂੰ ਦਿਓਗੇ ਤਾਂ ਬਿਲੀਵ ਕਰਨਾ, ਤੁਹਾਨੂੰ ਗੋਡ ਇੰਨਾ ਜ਼ਿਆਦਾ ਦੇਗਾ ਕਿ ਤੁਸੀਂ ਸੰਭਾਲ ਨਹੀਂ ਪਾਓਗੇ। ਇਹ ਵੀ ਇੱਕ ਸੱਚਾਈ ਹੈ, ਕਿਉਂਕਿ ਮਾਂ ਦੀ ਦੁਆਵਾਂ 'ਚ ਬਹੁਤ ਜ਼ਿਆਦਾ ਸ਼ਕਤੀ ਹੈ। ਸਰ ਅਗਲਾ ਜਿਹੜਾ ਇਲਜ਼ਾਮ, ਕਿਉਂਕਿ ਅੱਜ ਕੱਲ੍ਹ ਅਸੀਂ ਸੋਸ਼ਲ ਮੀਡੀਆ 'ਤੇ ਦੇਖੀਏ ਤਾਂ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਆ ਜਾਂਦਾ, ਹੈ ਨਾ। ਹੁਣ ਉਹਦੇ ਵਿੱਚ ਬਹੁਤ ਸਾਰੀਆਂ ਸੱਚਾਈਆਂ ਵੀ ਹੈਗੀਆਂ, ਬਹੁਤ ਸਾਰੇ ਝੂਠ ਵੀ ਹੈਗੇ, ਜਾਂ ਬਹੁਤ ਸਾਰੀ ਭੇਡਛਾਲ ਵੀ ਹੈਗੀ ਆ, ਪਰ ਇੰਨੀ ਦਿਨ ਅਸੀਂ ਜਿਹੜੇ ਬੱਚੇ ਐਬਰੋਡ ਜਾ ਰਹੇ ਨਾ, ਉਹਨਾਂ ਦੀਆਂ ਵੀਡੀਓਜ਼ ਦੇਖ ਰਹੇ ਹਾਂ, ਬਹੁਤ ਇੰਸਟਾਗ੍ਰਾਮ ਯੂਟਿਊਬ 'ਤੇ ਭਰਿਆ ਪਿਆ, ਹੈ ਨਾ। ਸਾਰੇ ਕਹਿ ਰਹੇ ਕਿ ਬੱਚੇ ਉੱਥੇ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕੁੜੀਆਂ ਦੀ ਗੱਲ ਕਰੀਏ, ਹੁਣ ਪੇਰੈਂਟਸ ਡਰਨ ਲੱਗ ਪਏ ਨੇ ਕਿ ਕੁੜੀਆਂ ਉੱਥੇ ਜਾ ਕੇ ਗਲਤ ਰਾਹੇ ਪੈ ਜਾਂਦੀਆਂ ਨੇ, ਫਿਰ ਨਸ਼ਾ ਕਹਿੰਦੇ ਬਹੁਤ ਵੱਧਦਾ ਜਾ ਰਿਹਾ, ਕੰਮ ਬੱਚਿਆਂ ਨੂੰ ਮਿਲ ਨਹੀਂ ਰਿਹਾ, ਜੀਵਨ ਦੀ ਵਜ੍ਹਾ ਦੇ ਨਾਲ ਹਾਰਟ ਅਟੈਕ ਬਹੁਤ ਸਾਰੇ ਬੱਚਿਆਂ ਨੂੰ ਆਏ ਹੈਗੇ ਨੇ। ਸੋ ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ ਮੈਮ, ਇਹ ਇੱਕ ਚੀਜ਼ ਮੈਂ ਜ਼ਰੂਰ ਐਕਸਪਲੇਨ ਦੱਸਣਾ ਚਾਹਾਂਗਾ, ਹਰ ਇੱਕ ਪੇਰੈਂਟਸ ਦੀ ਰਿਸਪੋਂਸੀਬਿਲਟੀ, ਨਾਲ ਦੇ ਨਾਲ ਟੀਚਰ ਦੀ, ਔਰ ਨਾਲ ਦੇ ਨਾਲ ਜਿਸ ਕੰਸਲਟੈਂਟ ਤੋਂ ਤੁਸੀਂ ਆਪਣਾ ਕੇਸ ਪ੍ਰੋਸੈਸ ਕਰ ਰਹੇ ਹੋ, ਤੁਹਾਨੂੰ ਕੈਰੀਅਰ ਕਾਉਂਸਲਿੰਗ ਵੀ ਨਾਲ ਜ਼ਰੂਰ ਕਰੇ। ਕਿਉਂਕਿ ਮੈਂ ਇਹ ਚੀਜ਼ ਬਹੁਤ ਪੁਰਾਣੀ ਤੁਹਾਨੂੰ ਦੱਸਦਾ, 2008 ਦਾ ਸਿਨੈਰੀਓ ਤੁਹਾਨੂੰ ਇੱਕ ਸ਼ੇਅਰ ਕਰਨ ਜਾ ਰਿਹਾ। ਉਸ ਟਾਈਮ ਇੱਕ ਬਿਆਸ ਦੇ ਕੋਲ ਇੱਕ ਪਿੰਡ ਸੀ, ਉੱਥੋਂ ਦਾ ਕਲਾਇੰਟ ਇੱਕ ਅਸੀਂ ਵੀਜ਼ਾ ਲਗਵਾ ਕੇ ਆਸਟ੍ਰੇਲੀਆ ਭੇਜਿਆ, ਤਾਂ ਉਹਨਾਂ ਦੇ ਪੇਰੈਂਟਸ ਥੋੜ੍ਹੀ ਦੇਰ ਬਾਅਦ ਆ ਕੇ ਸਾਨੂੰ ਮਿਲੇ ਕਿ ਬੱਚਾ ਕਹਿ ਰਿਹਾ ਕਿ ਬਾਰ ਬਾਰ ਜਦੋਂ ਆਉਂਦਾ ਤਾਂ ਬਾਰ ਬਾਰ ਫੋਨ 'ਤੇ ਸਾਡੇ ਕੋਲ ਪੈਸੇ ਹੀ ਡਿਮਾਂਡ ਕਰਦਾ ਕਿ ਮੈਨੂੰ ਉੱਥੇ ਕੰਮ ਨਹੀਂ ਮਿਲ ਰਿਹਾ, ਮੈਨੂੰ ਇੰਨੇ ਯੂਰੋ ਭੇਜੋ, ਇੰਨੇ ਮੈਨੂੰ ਡੋਲਰ ਭੇਜੋ, ਇੰਨੇ ਡੋਲਰ ਭੇਜੋ। ਅਤੇ ਅਸੀਂ ਤਾਂ ਇਹ ਰਿਐਲਿਟੀ ਹੈ, ਜਦੋਂ ਅਸੀਂ ਕਨਫਰਮ ਕਰਵਾਇਆ ਤਾਂ ਸਾਨੂੰ ਪਤਾ ਲੱਗਿਆ ਕਿ ਉੱਥੇ ਉਹਨੇ ਲਗਜ਼ਰੀ ਲਾਈਫ ਜੀ ਰਿਹਾ, ਆਪਣੀ ਕਾਰ ਕਢਵਾਈ ਹੋਈ ਹੈ, ਉਹ ਬਹੁਤ ਮਜ਼ੇ ਨਾਲ ਲਾਈਫ ਸਪੈਂਡ ਕਰ ਰਿਹਾ। ਹੁਣ ਉਹਦੇ ਪਿੱਛੇ ਰੀਜ਼ਨ ਕੀ ਹੈ? ਜਦੋਂ ਬੱਚੇ ਨੂੰ ਪੇਰੈਂਟਸ ਇਹ ਚੀਜ਼, ਕਈ ਪੇਰੈਂਟਸ ਇਹ ਗਲਤੀ ਕਰਦੇ ਆ ਜੀ, ਸੱਚਾਈ ਹੈ, ਕਈ ਪੇਰੈਂਟਸ ਬਹੁਤ ਵੱਡੀ ਗਲਤੀ ਕਰਦੇ ਆ, ਔਰ ਮੈਂ ਕਹਾਂਗਾ ਇਸ ਚੀਜ਼ ਨੂੰ ਸੁਣ ਲੈਣ ਸਾਰੇ ਪੇਰੈਂਟਸ ਮੇਰੀ ਗੱਲ ਨੂੰ। ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਕਿ ਸਾਡੇ ਕੋਲ ਬਹੁਤ ਪੈਸਾ, ਬਹੁਤ ਮੇਰੇ ਕੋਲ ਇੰਨੀਆਂ ਸ਼ੋਪਸ ਨੇ, ਇੰਨੇ ਸ਼ੋਰੂਮ ਨੇ, ਇੰਨਾ ਮੇਰੇ ਕੋਲ ਗੋਲਡ ਹੈ, ਇੰਨਾ ਮੇਰੇ ਕੋਲ ਬੈਂਕ ਬੈਲੈਂਸ ਹੈ, ਤਾਂ ਉਹ ਬੱਚਾ ਕਦੀ ਵੀ ਤੁਹਾਡਾ ਬੱਚਾ ਹਾਰਡ ਵਰਕਰ ਨਹੀਂ ਬਣੇਗਾ, ਕਿਉਂਕਿ ਉਹਦੇ ਮਾਇੰਡ 'ਚ ਇਹੀ ਹੋਏਗਾ ਮੇਰੇ ਪੇਰੈਂਟਸ ਕੋਲ ਬਹੁਤ ਜ਼ਿਆਦਾ ਪੈਸਾ ਹੈ। ਉਹਨੂੰ ਓਨਾ ਹੀ ਪੈਸਾ ਦੱਸੋ ਤਾਂ ਕਿ ਤੁਹਾਡਾ ਬੱਚਾ ਵੀ ਹਾਰਡ ਵਰਕਰ ਬਣੇ। ਜਦੋਂ ਤੁਸੀਂ ਉਹਨੂੰ ਬਹੁਤ ਜ਼ਿਆਦਾ ਐਕਸਪਲੇਨ ਹਰ ਚੀਜ਼ ਇਨਫੋਰਮੇਸ਼ਨ ਸ਼ੇਅਰ ਕਰ ਦਿੰਦੇ ਹੋ ਕਿ ਮੇਰੇ ਕੋਲ ਕਰੋੜਾਂ ਰੁਪਈਆ, ਅਤੇ ਬਾਹਰ ਜਾ ਕੇ ਬੱਚਾ ਤੁਹਾਡਾ ਕਿਉਂ ਮਿਹਨਤ ਕਰੇਗਾ? ਉਹਨੂੰ ਹੋਏਗਾ ਮੇਰੇ ਪਾਪਾ ਕੋਲ ਤਾਂ ਕਰੋੜਾਂ ਰੁਪਏ ਪਿਆ, ਮੈਂ ਇੱਥੇ ਕਿਉਂ ਮਿਹਨਤ ਕਰਾਂ? ਉਹ ਤੁਹਾਨੂੰ ਇਹ ਕਹੇਗਾ ਇੱਥੇ ਮੈਨੂੰ ਕੰਮ ਨਹੀਂ ਮਿਲ ਰਿਹਾ, ਮੈਂ ਬਹੁਤ ਦਿੱਕਤ ਦੇ ਵਿੱਚ ਹਾਂ, ਮੇਰੇ ਕੋਲ ਫੀਸ ਨਹੀਂ ਨਿਕਲੀ, ਮੈਨੂੰ ਪੈਸਾ ਭੇਜੋ। ਸੇਮ ਤੁਹਾਨੂੰ ਇੱਕ ਬੜੀ ਵਧੀਆ ਐਗਜ਼ਾਮਪਲ ਦੇ ਰਿਹਾ, ਬੜੇ ਮਜ਼ੇਦਾਰ, ਮੈਂ ਇੱਕ ਲੁਧਿਆਣੇ ਦਾ ਨਾਮ ਨਹੀਂ ਲੈਣਾ ਚਾਹਾਂਗਾ, ਉਹਦੇ ਪਿੱਛੇ ਵੀ ਰੀਜ਼ਨ ਹੈ, ਕਿਉਂਕਿ ਹਰ ਇੱਕ ਦੀ ਕਿਸੇ ਦੀ ਹੈਲਪ ਜ਼ਰੂਰ ਕਰੋ, ਲੇਕਿਨ ਕਦੀ ਅਗਰ ਅਸੀਂ ਕਿਸੇ ਦਾ ਨਾਮ ਲੈ ਕੇ ਕਰਦੇ ਹਾਂ ਨਾ, ਤਾਂ ਕਿਤੇ ਨਾ ਕਿਤੇ ਜਦੋਂ ਉਹ ਸੁਣਦਾ ਜਾਂ ਉਹਦੇ ਰੈਲੇਟਿਵਸ ਹੁੰਦੇ ਤਾਂ ਉਹਨੂੰ ਥੋੜ੍ਹਾ ਜਿਹਾ ਫੀਲ ਹੁੰਦਾ ਹੈ। ਸੋ ਮੈਂ ਇੱਕ ਲੁਧਿਆਣੇ ਦੇ ਬੱਚੇ ਦੇ ਤੁਹਾਨੂੰ ਇੱਕ ਮਦਰ ਦੀ ਸਟੋਰੀ ਸੁਣਾਉਣਾ। ਬਹੁਤ ਸਾਰੇ ਲੋਕਾਂ ਨਾਲ ਅਸੀਂ ਅੱਛਾ ਕੀਤਾ, ਔਰ ਮੇਰੇ ਬਿਲੀਵ ਮੀ ਕਿ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਮੈਡਮ, ਮੈਂ ਰਿਐਲਿਟੀ ਦੱਸਦਾ ਕਿ ਮੈਂ ਲੋਕਾਂ ਨਾਲ ਸੋਸ਼ਲ ਵਰਕ ਕਰਾਂ, ਥੋੜ੍ਹਾ ਅੱਛਾ ਵੀ ਕਰਾਂ,
ਨੋ ਡਾਊਟ ਅਸੀਂ ਬਿਜ਼ਨਸ ਕਰਦੇ ਹਾਂ ਪੈਸਾ ਕਮਾਉਣ ਵਾਸਤੇ, ਲੇਕਿਨ ਮੈਂ ਸਿਰਫ ਪੈਸਾ ਕਮਾਉਣ ਵਾਸਤੇ ਨਹੀਂ ਕਰਦਾ, ਮੇਰੇ ਕੋਲ ਕੁਝ ਜੋ ਮੇਰੇ ਫਾਦਰ ਦੀ ਨੇਚਰ ਸੀ ਉਹ ਮੇਰੇ 'ਚ ਵੀ ਹੈ ਕਿ ਲੋਕਾਂ ਦੀ ਹੈਲਪ ਕਰਨੀ, ਕਿਉਂਕਿ ਉਹ ਲੈਕਚਰਾਰ ਸੀ, ਉਹ ਵੀ ਕੀ ਕਰਦੇ ਸੀ, ਉਹਨਾਂ ਨੇ ਅਗਰ ਉਹਨਾਂ ਦਾ ਸਕੂਲ 11th 12th ਨੂੰ ਪੜ੍ਹਾਉਂਦੇ ਸੀ ਉਹ, ਮੇਰੇ ਫਾਦਰ ਮੋਰਨਿੰਗ ਉਹਨਾਂ ਦੇ 9 o'clock ਅਗਰ ਕਲਾਸ ਲੱਗਦੀ ਸੀ ਤਾਂ ਮੋਰਨਿੰਗ ਉਹ 6:30 ਚਲੇ ਜਾਂਦੇ ਸੀ, ਤਾਂ ਮੰਮਾ ਨੇ ਔਰ ਅਸੀਂ ਪੁੱਛਿਆ ਪਾਪਾ ਤੂੰ ਇੰਨੀ ਜਲਦੀ ਕਿਉਂ ਜਾਂਦੇ ਹੋ, ਤਾਂ ਕਹਿੰਦੇ ਕਿ ਮੈਂ ਇੰਗਲਿਸ਼ ਦੀਆਂ ਉੱਥੇ ਜਾ ਕੇ ਕਲਾਸਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ ਪੜ੍ਹਾਉਣਾ, ਇਹ ਰਿਐਲਿਟੀ ਹੈ, ਲੋਕ ਕਲਾਸਿਸ ਲੈਂਦੇ, ਟਿਊਸ਼ਨ ਲੈਂਦੇ ਆ, ਲੇਕਿਨ ਪੈਸਾ ਲੈਂਦੇ ਆ, ਉਹ ਫ੍ਰੀ ਆਫ ਕੋਸਟ ਪੜ੍ਹਾਉਂਦੇ ਸੀ, ਕਿਤੇ ਨਾ ਕਿਤੇ ਉਹ ਸੰਸਕਾਰ ਸਾਡੇ 'ਚ ਵੀ ਹੈਗੇ ਆ। ਹੁਣ ਮੈਂ ਇਹ ਓਪਨਲੀ ਇਹ ਚੀਜ਼ ਕਹਿ ਸਕਦਾ, ਮੈਂ ਬਹੁਤ ਸਾਰੇ ਬੱਚਿਆਂ ਦੀ ਲਾਈਫ ਬਣਾਈ ਹੈ ਜਿਹਨਾਂ ਦੇ ਪੇਰੈਂਟਸ ਨੇ ਮੇਰੇ ਕੋਲ ਆ ਕੇ ਕਿਹਾ ਕਿ ਸਾਡੇ ਕੋਲ ਪੈਸਾ ਨਹੀਂ ਹੈ, ਕਿਉਂਕਿ ਅਗਰ ਇਹ ਝੂਠ ਹੋਏਗਾ ਨਾ, ਇਹ ਇਕੱਲੀ ਤੁਸੀਂ ਤਾਂ ਨਹੀਂ ਵੀਡੀਓ ਦੇਖ ਰਹੇ, ਇਹ ਤਾਂ ਮੇਰਾ ਸਟਾਫ ਵੀ ਦੇਖ ਰਿਹਾ, ਅਤੇ ਅਗਰ ਇਸ ਤਰ੍ਹਾਂ ਦਾ ਮੇਰੀ ਨੇਚਰ ਨਹੀਂ ਹੋਏਗੀ ਤਾਂ ਮੇਰਾ ਸਟਾਫ ਵੀ ਕਹੇਗਾ ਕਿ ਸਰ ਸਾਡੇ ਕਿੰਨਾ ਝੂਠ ਬੋਲਦੇ ਨੇ, ਕਿੰਨੇ ਸਾਫ਼ ਤਰੀਕੇ ਦੇ ਨਾਲ। ਅਗਰ ਇਹ ਰਿਐਲਿਟੀ ਹੈ ਤੁਹਾਨੂੰ ਮੈਂ ਤਾਂ ਹੀ ਦੱਸ ਰਿਹਾ ਨਾ, ਕਿਉਂਕਿ ਮੇਰਾ ਸਟਾਫ ਵੀ ਇਸ ਚੀਜ਼ ਨੂੰ ਜਾਣਦਾ ਹੈ ਕਿ ਮੈਂ ਉਸ ਲੇਡੀ ਦੀ, ਇੱਕ ਲੇਡੀ ਦੀ ਤੁਹਾਨੂੰ ਗੱਲ ਕਰ ਰਿਹਾ ਕਿ ਉਹਨਾਂ ਦੀ ਪਹਿਲੇ ਬੇਟੀ ਨੂੰ ਬਾਹਰ ਭੇਜਿਆ, ਉਹਨਾਂ ਕੋਲ ਪੈਸਾ ਨਹੀਂ ਸੀ, ਫੀਸ ਮੈਂ ਆਪਣੀ ਤਰਫੋਂ ਦਿੱਤੀ, ਉਹਨਾਂ ਨੇ ਮੈਨੂੰ ਚੈੱਕ ਦਿੱਤੇ ਕਾਫੀ ਦੇਰ ਦੇ ਪੋਜ਼ੀਟਿਵ ਡੇਟਾ ਪਾ ਕੇ ਕਿ ਮੈਂ ਕਮਾ ਕੇ ਦੇ ਦਾਂਗੀ, ਫਿਰ ਜਦੋਂ ਪੇਮੈਂਟ, ਚਲੋ ਬਿਨਾਂ ਕਦੀ ਗਲਤ ਨਹੀਂ ਹੋਇਆ, ਇਸ ਕਰਕੇ ਮੈਂ ਚੀਜ਼ ਕਰਦਾ, ਮੈਨੂੰ ਗੋਡ ਵੱਲੋਂ ਵੀ ਕਦੀ ਮੇਰਾ ਕਿਸੇ ਨੇ ਚੀਟ ਨਹੀਂ ਕੀਤਾ। ਉਸ ਤੋਂ ਬਾਅਦ ਮੈਂ ਉਹਨਾਂ ਦੇ ਬੇਟੇ ਨੂੰ ਕੈਨੇਡਾ ਭੇਜਿਆ, ਤਾਂ ਉਹਨਾਂ ਨੇ 1 lakh ਦੇ ਮੈਨੂੰ ਚੈੱਕ ਦਿੱਤੇ, ਜਿਹੜੇ ਕਿ ਲਾਸਟ ਵੀਕ ਪੂਰੀ ਉਹਨਾਂ ਦੀ ਪੇਮੈਂਟ ਕੰਪਲੀਟ ਹੋ ਗਈ, ਅਤੇ ਮੈਂ ਚਲੋ ਜੋ ਉਹਨਾਂ ਕੋਲ ਡਾਕੂਮੈਂਟ ਰੱਖੇ ਸੀ ਉਹਨਾਂ ਨੂੰ ਮੈਂ ਰਿਟਰਨ ਕਰ ਦਿੱਤੇ। ਸੋ ਕਿਤੇ ਨਾ ਕਿਤੇ ਅਗਰ ਉਹ ਮੈਨੂੰ ਕਹਿੰਦੇ ਕਿ ਮੈਂ 5 lakh rupees, ਬਿਲੀਵ ਮੀ, ਉਹ ਕਹਿੰਦੇ ਸੀ 5 lakh rupees ਮੈਂ ਕਿਸੇ ਹੋਰ ਤੋਂ 7% ਵਿਆਜ 'ਤੇ, ਰੇਟ ਆਫ ਇੰਟਰਸਟ 'ਤੇ ਚੱਕੇ, ਅਤੇ ਮੈਂ ਉਹਨਾਂ ਕੋਲ ਇੱਕ ਸਿੰਗਲ ਰੁਪਈਆ, ਮੈਂ ਰਿਐਲਿਟੀ ਦੱਸ ਰਿਹਾ ਕਿ ਇੱਕ ਸਿੰਗਲ ਰੁਪਈਆ ਵੀ ਫਾਲਤੂ ਨਹੀਂ ਲਿਆ, ਇੱਕ ਸਿੰਗਲ ਵੀ ਰੁਪਈਆ, ਜੋ ਉਹਨਾਂ ਦੀ ਕਾਲਜ ਦੀ ਫੀਸ ਮੈਂ ਹਾਫ ਪੇ ਕੀਤੀ, GIC ਮੈਂ ਪੇ ਕੀਤਾ, ਤਾਂ ਉਨੀ ਪੇਮੈਂਟ ਲਈ ਜਿੰਨਾ ਕਿ ਐਕਚੁਅਲ ਮੇਰਾ ਖਰਚਾ ਆਇਆ ਸੀ, ਉਹ ਵੀ ਕਾਫੀ ਦੇਰ ਬਾਅਦ ਇੰਸਟਾਲਮੈਂਟ ਦੇ ਵਿੱਚ। ਸੋ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਨਹੀਂ, ਅਸੀਂ ਇੱਕ ਅੱਛਾ ਕੰਮ ਵੀ ਕਰੀਏ। ਸੋ ਸਾਰਿਆਂ ਨੂੰ ਸਟਾਰਟਿੰਗ ਹੀ ਤੁਹਾਡੀ ਗੱਲ ਸੀ ਕਿ ਕੰਸਲਟੈਂਟ 'ਤੇ ਇਲਜ਼ਾਮ ਲੱਗਦੇ ਆ, ਸਾਰੇ ਕੰਸਲਟੈਂਟ ਸੇਮ ਨਹੀਂ ਹੈ, ਕੋਈ ਦੁਨੀਆ ਦੇ ਚੰਗੇ ਵੀ ਹੈ, ਕੋਈ ਮਾੜੇ ਵੀ ਹੈ। ਸੋ ਸਾਡੀ ਕੋਸ਼ਿਸ਼, ਹਮੇਸ਼ਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅੱਛਾ ਕੰਮ ਕਰਾਂ, ਅੱਛੀ ਕੰਟਰੀਜ਼ ਬੱਚਿਆਂ ਨੂੰ ਭੇਜਾਂ, ਲੇਕਿਨ ਉਹਦੇ ਨਾਲ ਨਾਲ ਬੱਚੇ ਦੀ ਵੀ ਰਿਸਪੋਂਸੀਬਿਲਟੀ ਬਣਦੀ ਹੈ, ਜੋ ਤੁਹਾਡੇ ਵਰਡ ਸੀ ਕੰਟਰੀ ਕੋਈ ਅੱਛੀ ਹੈ ਔਰ ਕੋਈ ਬੁਰੀ ਨਹੀਂ ਹੈ। ਹੁਣ ਇੰਡੀਆ ਛੱਡ ਕੇ ਜਾ ਰਹੇ ਹਾਂ, ਮਤਲਬ ਕਿ ਲੋਕਾਂ ਵਾਸਤੇ ਜਿਹੜੇ ਜਾ ਰਹੇ ਨੇ ਸਿਰਫ ਇਸ ਪੁਆਇੰਟ ਆਫ ਵਿਊ ਤੋਂ ਕਿ ਸਾਨੂੰ ਇੰਡੀਆ ਦੇ ਵਿੱਚ ਅੱਛੀ ਇਨਕਮ ਨਹੀਂ ਹੈ, ਲੇਕਿਨ ਮੈਂ ਕਹਿੰਦਾ ਇੰਡੀਆ ਬਹੁਤ ਵਧੀਆ ਕੰਟਰੀ ਹੈ, ਅਗਰ ਤੁਸੀਂ ਇੱਥੇ ਰਹਿ ਕੇ ਪੂਰੀ ਡੈਡੀਕੇਸ਼ਨ ਦੇ ਨਾਲ, ਪੂਰੇ ਪੈਸ਼ਨ ਦੇ ਨਾਲ ਕਰੋ, ਤਾਂ ਤੁਸੀਂ 1 lakh rupees ਮਹੀਨੇ ਦੇ ਇੰਡੀਆ ਵਿੱਚ ਹੀ ਕਮਾ ਸਕਦੇ ਹੋ। ਲੇਕਿਨ ਪ੍ਰੋਬਲਮ ਕੀ ਹੈ ਕਿ ਮਾਇੰਡ ਦੇ ਵਿੱਚ ਹੈ ਕਿ ਮੈਂ ਜਾਣਾ ਅਤੇ ਅਬਰੋਡ ਜਾਣਾ। ਹੁਣ ਮੇਰਾ ਇੱਕ ਦੋਸਤ ਹੈ, ਉਹ ਅੱਜ ਵੀ ਉਹਦੀ ਏਜ 40 years ਦੇ ਕੰਪਲੀਟ ਹੈ, ਲੇਕਿਨ ਉਹਨੂੰ ਇਹੀ ਹੈ ਕਿ ਮੈਂ ਬਾਹਰ ਜਾਣਾ। ਉਹ ਅੱਜ ਵੀ ਬਹੁਤ ਜ਼ਿਆਦਾ ਸਕਸੈਸ ਨਹੀਂ ਹੋਇਆ ਇੰਡੀਆ 'ਚ, ਨਾ ਉਹ ਬਾਹਰ ਜਾ ਪਾਇਆ, ਨਾ ਪ੍ਰੋਪਰ ਇੱਥੇ ਜਾ ਕੇ ਸਕਸੈਸ ਹੋਇਆ, ਜਿਹਨੇ ਕਿ ਅਸੀਂ ਬਾਕੀ ਫਰੈਂਡ ਸਾਰੇ ਹੋ ਗਏ। ਹੁਣ ਰੀਜ਼ਨ ਕੀ ਹੈ ਇਹਦੇ ਪਿੱਛੇ ਕਿ ਮਾਇੰਡ ਇਹ ਥੋਟ ਇਹ ਸੀ ਕਿ ਮੈਂ ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ। ਹੁਣ ਜਦੋਂ ਇੱਕ ਬੇੜੀ ਦੇ ਵਿੱਚ ਤੁਸੀਂ ਤੇ ਪੈਰ ਰੱਖੋਗੇ ਤੇ ਤਰੋਗੇ, ਦੋ ਵਿੱਚ ਰੱਖੋਗੇ ਤੇ ਡੁੱਬੋਗੇ, ਕਿ ਤੁਸੀਂ ਤੁਰਦੋ, ਤੁਹਾਡੇ ਕੋਲ ਪਲਾਨ ਬੀ ਹੈ ਨਾ, ਪਲਾਨ ਏ ਤੇ ਤੁਸੀਂ 100% ਐਫਰਟ ਨਹੀਂ ਲਗਾਓਗੇ। ਲੋਕ ਕਹਿੰਦੇ ਆ ਪਲਾਨ ਏ ਦੇ ਨਾਲ ਬੀ ਨੂੰ ਜ਼ਰੂਰ ਨਾਲ ਕੈਰੀ ਕਰੋ, ਮੈਂ ਕਹਿੰਦਾ ਨਹੀਂ, ਪਲਾਨ ਏ ਨੂੰ ਹੀ ਲਓ, ਏ ਨੂੰ ਹੀ 100% ਦਿਓ, ਸੋਚੋ ਮੇਰੇ ਕੋਲ ਇਹੀ ਲਾਸਟ ਆਪਸ਼ਨ ਹੈ। ਹੁਣ ਇੱਥੇ ਤੁਹਾਨੂੰ ਮੈਂ ਸਿਕੰਦਰ ਦੀ, ਤੁਹਾਨੂੰ ਸਿਕੰਦਰ ਦਾ ਨਾਮ ਸਭ ਨੇ ਸੁਣਿਆ, ਸਿਕੰਦਰ ਦੀ ਐਗਜ਼ਾਮਪਲ ਦਿੰਦਾ। ਜਦੋਂ ਉਹ ਦੂਸਰੇ ਰਾਜ 'ਤੇ ਕਿਤੇ ਦੇ ਅਟੈਕ ਕਰਦਾ ਸੀ, ਸ਼ਿਪ 'ਤੇ ਜਾਂਦੇ ਸੀ, ਸਮੁੰਦਰ ਹੀ ਜਾਂਦੇ ਸੀ, ਤਾਂ ਸਮੁੰਦਰ ਨੂੰ ਬੰਬ ਮਾਰ ਕੇ ਡਿਸਟਰੋਏ ਕਰ ਦਿੰਦਾ ਸੀ, ਅਤੇ ਆਪਣੀ ਫੌਜ ਨੂੰ ਕਹਿੰਦਾ ਸੀ ਹੁਣ ਦੇਖ ਲਓ ਵਾਪਸ ਜਾਣ ਦਾ ਰਸਤਾ ਹੈ ਨਹੀਂ। ਹੁਣ ਅਗਰ ਉਸ ਕੰਟਰੀ ਨੂੰ ਜਿੱਤੋਗੇ ਤਾਂ ਉਹਨਾਂ ਦਾ ਜਹਾਜ਼ 'ਤੇ ਤੁਸੀਂ ਵਾਪਸ ਜਾ ਸਕਦੇ ਹੋ ਆਪਣੀ ਕੰਟਰੀ, ਤਾਂ ਉਹਨੂੰ ਪਤਾ ਹੁੰਦਾ ਸੀ ਪਿੱਛੇ ਮੁੜਨ ਦਾ ਤਾਂ ਰਸਤਾ ਹੀ ਨਹੀਂ, ਜਾਂ ਤਾਂ ਮਰੋ ਅਤੇ ਜਾਂ ਜਿੱਤੋ। ਬਿਲਕੁਲ। ਸੋ ਉਹ ਚੀਜ਼ ਤੁਹਾਡੇ 'ਚ ਹੋਣੀ ਚਾਹੀਦੀ ਹੈ, ਪਲਾਨ ਏ ਤੁਹਾਡੇ ਕੋਲ ਹੋਣਾ ਚਾਹੀਦਾ, ਬੀ ਨਹੀਂ ਹੋਣਾ ਚਾਹੀਦਾ। ਅਗਰ ਏ ਨੂੰ ਫੋਕਸ ਕਰੋਗੇ ਤਾਂ ਇੰਡੀਆ 'ਚ ਰਹਿ ਕੇ ਵੀ ਤੁਸੀਂ ਸਕਸੈਸ ਹੋ ਸਕਦੇ ਹੋ, ਤੁਹਾਨੂੰ ਆਪਣੇ ਪੇਰੈਂਟਸ ਨੂੰ, ਆਪਣੇ ਰਿਐਲੇਟਿਵ ਨੂੰ, ਆਪਣੇ ਫਰੈਂਡਸ ਨੂੰ ਛੱਡ ਕੇ ਜਾਣ ਦੀ ਲੋੜ ਹੀ ਨਹੀਂ।
ਚਾਹੇ ਮੇਰਾ ਬਿਜ਼ਨਸ ਹੈ, ਤਦ ਵੀ ਤੁਹਾਨੂੰ ਮੈਂ ਸਹੀ ਐਡਵਾਈਸ ਕਰ ਰਿਹਾ। ਜਾਣਾ ਕਿਹਨੂੰ ਚਾਹੀਦਾ ਜਿਹਨੇ ਬਹੁਤ ਜ਼ਿਆਦਾ ਐਫਰਟਸ ਕੀਤੇ ਲੇਕਿਨ ਤਦ ਵੀ ਉਹ ਲਾਈਫ 'ਚ ਨਹੀਂ ਸਕਸੈਸ ਹੋ ਪਾ ਰਿਹਾ, ਜਾਂ ਜਿਹਨੂੰ ਲੱਗਦਾ ਕਿ ਮੇਰੇ ਰੀਅਲ ਬ੍ਰਦਰ, ਰੀਅਲ ਸਿਸਟਰ, ਮੇਰੇ ਰਿਲੇਟਿਵ ਉੱਥੇ ਨੇ, ਉਹ ਕਹਿੰਦੇ ਆ ਕਿ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਕੰਮ ਸਾਡੇ ਕੋਲ, ਤੈਨੂੰ ਅਸੀਂ ਲਗਾਵਾਂਗੇ, ਸਭ ਕੁਝ ਕਰਾਂਗੇ, ਜਾਂ ਜਿਹਨੂੰ ਲੱਗਦਾ ਕਿ ਮੇਰੇ ਕੋਲ ਬਾਹਰ ਜਾ ਕੇ ਮੈਂ ਪੂਰੇ 100% ਐਫਰਟਸ ਕਰਾਂਗਾ ਔਰ ਆਪਣੇ ਪੇਰੈਂਟਸ ਦਾ ਮਿਹਨਤ ਦਾ ਪੈਸਾ ਖਰਾਬ ਨਹੀਂ ਕਰੂੰਗਾ, ਉਹਨੂੰ ਜਾਣਾ ਚਾਹੀਦਾ, ਬਜਾਏ ਇਹਦੇ ਜਿਹੜੇ ਕਿ ਅੱਜ 90% ਮੈਂ ਕਹਿੰਦਾ ਬੱਚੇ ਕਿਉਂ ਬਾਹਰ ਜਾ ਰਹੇ ਹੈ, ਗੁੱਸਾ ਨਾ ਕਰਨਾ ਮੇਰੀ ਗੱਲ ਦਾ, ਕਿਉਂ ਜਾ ਰਿਹਾ? ਫਰੀਡਮ ਵਾਸਤੇ। ਇਹ ਸੱਚਾਈ ਹੈ ਕਿ ਇੱਥੇ ਪੇਰੈਂਟਸ ਦੀ, ਫਾਦਰ ਮਦਰ ਦੀ, ਰਿਲੇਟਿਵ ਦੀ, ਹਰ ਇੱਕ ਦੀ ਝਿਜਕ ਹੈ, ਉੱਥੇ ਜਾ ਕੇ ਕੋਈ ਪੁੱਛਣ ਵਾਲਾ ਨਹੀਂ, ਇਸ ਕਰਕੇ ਇਹੀ ਆਂਸਰ ਹੈ। ਹੁਣ ਕੋਈ ਗੁੱਸਾ ਨਾ ਕਰਨਾ ਮੇਰੀ ਗੱਲ, ਜਿਹੜਾ ਤੁਸੀਂ ਕਿਹਾ ਕਿ ਲੜਕੀਆਂ ਲੜਕੇ ਗਲਤ ਹੋ ਰਹੇ ਨੇ, ਤਾਂ ਰੀਜ਼ਨ ਇਹੀ ਹੈ ਕਿ ਉਹ ਜਾਣਨਾ ਚਾਹੁੰਦੇ ਨੇ ਕਿ ਅਸੀਂ ਆਪਣੀ ਓਪਨਲੀ ਆਪਣੀ ਲਾਈਫ ਨੂੰ ਜੀਏ। ਹੁਣ ਲੋਕਾਂ ਦੀ ਸੋਚ ਚੇਂਜ ਹੋ ਚੁੱਕੀ ਹੈ, ਜੋ ਪਹਿਲੇ ਲੋਕਾਂ ਦੀ, ਅੱਜ ਤੋਂ 20 ਸਾਲ ਪਹਿਲੇ ਬੱਚਿਆਂ ਦੀ ਜੋ ਸੰਸਕਾਰ ਸੀ ਕਿ ਪੇਰੈਂਟਸ ਦੀ ਸੇਵਾ ਕਰਨੀ, ਉਹ ਚੀਜ਼ ਹੁਣ ਉਹ ਬੱਚਿਆਂ 'ਚ ਨਹੀਂ ਹੈ। ਅੱਛਾ ਸਰ, ਹੁਣ ਇਹ ਤਾਂ ਗੱਲ ਹੋ ਗਈ, ਕਿਉਂਕਿ ਇਹ ਡਿਪਰੈਸ਼ਨ ਆ ਰਿਹਾ, ਜਿਹੜੀਆਂ ਚੀਜ਼ਾਂ ਹੋ ਰਹੀਆਂ ਇਸੇ ਕਰਕੇ ਕਿ ਪੈਸਾ ਬਹੁਤ ਚਾਹੀਦਾ ਸਾਨੂੰ ਬਾਹਰ ਜਾਣ ਲਈ, ਫਿਰ ਉਹ ਪੈਸਾ ਵਾਪਸ ਵੀ ਮੋੜਨਾ। ਹੁਣ ਮੇਰਾ ਅਗਲਾ ਸਵਾਲ ਇਹ ਹੈ, ਜਾਂ ਫਿਰ ਇਲਜ਼ਾਮ ਦਾ ਸਵਾਲ, ਜੋ ਵੀ ਕਹਿ ਲਓ, ਕਿ ਬਾਹਰ ਉਹੀ ਬੱਚਾ ਜਾ ਸਕਦਾ ਜਿਹਦੇ ਕੋਲ ਬਹੁਤ ਪੈਸਾ ਹੈਗਾ ਆ, ਹੈ ਜੇ ਕੋਲ 15-20 ਲੱਖ ਰੁਪਇਆ ਘੱਟੋ ਘੱਟ ਪਿਆ ਹੋਣਾ ਚਾਹੀਦਾ, ਉੱਧਰ ਬੈਂਕ 'ਚ ਵੀ ਸ਼ੋਅ ਕਰਨ ਲਈ ਪੈਸਾ ਹੋਣਾ ਚਾਹੀਦਾ ਆ, ਜਾਂ ਨਵੀਂ ਨਵੀਂ ਪੜ੍ਹਾਈ ਕੀਤੀ ਹੋਣੀ ਚਾਹੀਦੀ ਆ, ਉਹੀ ਬੱਚਾ ਜਾ ਸਕਦਾ? ਦੇਖੋ ਮੈਮ, ਇਹ ਚੀਜ਼ ਹੈ ਕਿ ਬਾਹਰ ਜਾਣਾ ਕਿਹਨੂੰ ਚਾਹੀਦਾ ਪਹਿਲੇ ਤਾਂ, ਜਿਹੜਾ ਕਿ ਬੱਚਾ ਇਹ ਸੋਚ ਰਿਹਾ ਕਿ ਮੇਰੀ ਲਾਈਫ ਉੱਥੇ ਹੈ ਔਰ ਮੈਂ ਉੱਥੇ ਜਾ ਕੇ ਇੰਜੋਏ ਕਰਨ ਨਹੀਂ ਇਕੱਲਾ ਜਾ ਰਿਹਾ। ਦੇਖੋ ਜਦੋਂ, ਤੁਹਾਨੂੰ ਪਤਾ, ਮੇਰੇ ਪੇਰੈਂਟਸ ਕੋਲ ਪੈਸਾ ਬਹੁਤ ਜ਼ਿਆਦਾ, ਉਹ ਪੇਰੈਂਟਸ ਆਪਣੇ ਬੱਚੇ ਨੂੰ ਬਾਹਰ ਭੇਜਣਗੇ ਤਾਂ ਬਹੁਤ ਘੱਟ ਚਾਂਸ ਹੈ ਕਿ ਤੁਹਾਡਾ ਬੱਚਾ ਸਕਸੈਸ ਹੋਏਗਾ। ਹਾਂ, ਅਗਰ ਤੁਸੀਂ ਉਹਨੂੰ ਸਾਰੀਆਂ ਚੀਜ਼ਾਂ ਰਿਐਲਿਟੀ 'ਚ ਨਹੀਂ ਦੱਸੀਆਂ, ਔਰ ਇਹ ਸਭ ਤੋਂ ਵੱਡੀ ਚੀਜ਼ ਅੱਜ ਮੈਂ ਬਹੁਤ ਅੱਛੀ ਇਨਫੋਰਮੇਸ਼ਨ ਆਪਣੇ ਸਾਰੇ ਪੇਰੈਂਟਸ ਨੂੰ, ਬੱਚਿਆਂ ਦੇ ਪੇਰੈਂਟਸ ਨੂੰ ਦਿੱਤੀ ਹੈ ਕਿ ਆਪਣੇ ਪ੍ਰੋਪਰਟੀ, ਆਪਣੇ ਹਾਰਡ ਕੈਸ਼ ਬਾਰੇ ਬੱਚਿਆਂ ਨੂੰ ਛੋਟੀ ਏਜ 'ਚ ਸਭ ਕੁਝ ਨਾ ਦੱਸੋ, ਪੇਰੈਂਟਸ ਇਹ ਗਲਤੀ ਕਰਦੇ ਹੈ। ਹੁਣ ਸੈਕਿੰਡਲੀ, ਕਿ ਜਾਣਾ ਚਾਹੀਦਾ, ਠੀਕ ਹੈ, ਜਿਹਨੂੰ ਇਹ ਲੱਗਦਾ ਕਿ ਮੇਰੇ 'ਚ, ਇੰਡੀਆ 'ਚ ਬਹੁਤ ਜ਼ਿਆਦਾ ਸਟਰਗਲ ਕਰਨ ਤੋਂ ਬਾਅਦ ਵੀ, ਜਾਂ ਜਿੱਦਾਂ ਮੈਂ ਕਿਹਾ ਕਿ ਬੱਚਾ ਐਫਰਟਸ ਕਰਦਾ ਹੀ ਨਹੀਂ ਕਿਉਂਕਿ ਮਾਇੰਡ 'ਚ ਇਹ ਹੁੰਦਾ ਕਿ ਮੈਂ ਜਾਣਾ ਹੀ ਬਾਹਰ ਹੈ, ਅਤੇ ਫਿਰ ਤਾਂ ਐਟਲੀਸਟ ਤੁਸੀਂ ਚਲੇ ਜਾਓ, ਕਿਉਂਕਿ ਜਦੋਂ ਤੁਸੀਂ 1 ਨਹੀਂ 2 ਨਹੀਂ 3 ਨਹੀਂ, ਤੁਹਾਡੀ ਸੋਚ ਹੀ ਇਹ ਹੈ ਕਿ ਮੈਂ ਜਾਣਾ ਹੀ ਬਾਹਰ ਹੈ, ਤੁਸੀਂ ਇੱਥੇ ਐਫਰਟਸ ਕਰੋਗੇ ਨਹੀਂ, ਐਫਰਟ ਨਹੀਂ ਕਰੋਗੇ ਤਾਂ ਬਿਨਾਂ ਮਿਹਨਤ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ, ਕਿਉਂਕਿ ਜਿੰਨੀ ਪਾਪੂਲੇਸ਼ਨ, ਜਿੰਨਾ ਲੋਕਾਂ 'ਚ ਅੱਜ ਕੱਲ੍ਹ ਪੈਸ਼ਨ ਹੈ, ਜਿੰਨੇ ਲੋਕ ਇੰਟੈਲੀਜੈਂਟ ਹੋ ਚੁੱਕੇ ਆ, ਜਿੰਨੇ ਡੈਡੀਕੇਸ਼ਨ ਹੋ ਚੁੱਕੇ ਆ, ਜਿੰਨੇ ਹਾਰਡ ਵਰਕਰ ਹੋ ਚੁੱਕੇ ਆ, ਕਿਉਂਕਿ ਮੈਂ ਗੱਲ ਕਰਾਂ IPL ਦੇ ਵਿੱਚ, ਮੇਰਾ ਇੱਕ ਕੋਈ ਦੂਰ ਦੇ ਕੋਈ ਨੌਨ ਪਰਸਨ ਹੈ, ਉਹ ਦੱਸ ਰਹੇ ਸੀ ਕਿ ਪੰਜਾਬ ਦੀ ਟੀਮ ਵਿੱਚ ਉਹ ਸਿਲੈਕਟ ਹੋ ਗਿਆ। ਬਿਲੀਵ ਕਰਨਾ, ਉਹਦਾ ਕੀ ਕਹਿਣਾ ਸੀ ਕਿ ਉਹ ਪਲੇਅਰ 20-20 ਘੰਟੇ ਗਰਾਊਂਡ 'ਤੇ ਰਹਿੰਦਾ, ਅਤੇ ਮੈਂ ਕਿਹਾ ਉਹ ਕਿੱਦਾਂ ਪੋਸੀਬਲ ਹੈ? ਕਹਿੰਦਾ ਸਰ, ਉਹ ਤਾਂ ਆਪਣਾ ਖਾਣਾ ਸਵੇਰ ਦਾ, ਦੁਪਹਿਰ ਦਾ, ਰਾਤ ਦਾ, ਸਾਰਾ ਉੱਥੇ ਲੈ ਕੇ ਜਾਂਦਾ, ਮਤਲਬ ਇੰਨੀ ਜ਼ਿਆਦਾ ਹਾਰਡ ਵਰਕ ਤੁਹਾਨੂੰ ਕਰਨਾ ਪੈ ਰਿਹਾ ਕਿ ਅਗਰ ਕੋਈ ਵੀ ਤੁਸੀਂ ਪਲੇਅਰ ਬਣਨਾ, ਕਿਸੇ ਵੀ ਫੀਲਡ ਦੇ ਵਿੱਚ ਬਣਨਾ, ਤਾਂ ਤੁਹਾਨੂੰ 5-6 ਈਅਰਸ ਤੋਂ ਹੀ ਤੁਹਾਨੂੰ ਸਟਾਰਟ ਕਰਨਾ ਪਏਗਾ। ਅੱਜ ਦੇ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਚੁੱਕਾ ਹੈ। ਸੋ ਅਗਰ ਤੁਸੀਂ ਜਾਣਾ ਹੀ ਬਾਹਰ ਹੈ, ਤਾਂ ਤੁਹਾਡੇ ਲਈ ਬਹੁਤ ਅੱਛੀ ਕੰਟਰੀ ਹੈ ਸਾਈਪ੍ਰਸ। ਹੁਣ ਸਾਈਪ੍ਰਸ ਹੀ ਕਿਉਂ? ਕਿਉਂਕਿ ਘੱਟ ਬਜਟ ਦੇ ਵਿੱਚ ਹੋਰ ਵੀ ਕਾਫੀ ਕੰਟਰੀਜ਼ ਆ, ਲੇਕਿਨ ਇਸ ਕੰਟਰੀ ਵਿੱਚ ਜਾਣ ਦਾ ਬੈਨੀਫਿਟ ਕੀ ਹੈ ਕਿ ਯੂਰੋਪੀਅਨ ਯੂਨੀਅਨ ਦਾ ਪਾਰਟ ਹੈ ਸਾਈਪ੍ਰਸ। ਸਾਈਪ੍ਰਸ ਜਾਣ ਤੋਂ ਬਾਅਦ ਤੁਸੀਂ ਕਾਫੀ ਹੋਰ ਕੰਟਰੀ ਦੇ ਵਿੱਚ, ਜਿਹੜੀ ਕਿ ਯੂਰੋਪੀਅਨ ਕੰਟਰੀ ਦੇ ਵਿੱਚ, ਤੁਸੀਂ ਮੂਵ ਹੋ ਸਕਦੇ ਹੋ। ਜਿਵੇਂ ਕਿ ਇੰਡੀਆ ਦੇ ਵਿੱਚ ਅਗਰ ਤੁਹਾਡੇ ਕੋਲ ਇੰਡੀਆ ਦਾ ਪਾਸਪੋਰਟ ਹੈ, ਤਾਂ ਤੁਸੀਂ ਕਾਫੀ ਕੰਟਰੀਜ਼ ਦੇ ਵਿੱਚ ਔਨ ਅਰਾਈਵਲ ਜਾ ਸਕਦੇ ਹੋ, ਜਿਵੇਂ ਕਿ ਤੁਸੀਂ ਬਾਲੀ, ਇੰਡੋਨੇਸ਼ੀਆ ਜਾ ਸਕਦੇ ਹੋ। ਸੋ ਇਸ ਤਰ੍ਹਾਂ ਦੀਆਂ ਕਈ ਕੰਟਰੀਜ਼ ਦੀ ਆਪਸ਼ਨ ਉੱਥੇ ਵੀ ਹੈ, ਲੇਕਿਨ ਉਸ ਦੇ ਨਾਲ ਨਾਲ ਅਗਰ ਤੁਸੀਂ ਉੱਥੇ ਆਪਣੀ ਸਟੱਡੀ ਕੰਪਲੀਟ ਕਰਦੇ ਹੋ ਪ੍ਰੋਪਰਲੀ, ਤੁਹਾਡੇ ਕੋਲ ਵਰਕ ਦੇ ਰਾਈਟਸ ਹੈ, ਉਹ ਤੁਹਾਡੀ ਸੈਲਰੀ ਅਕਾਊਂਟ ਦੇ ਵਿੱਚ ਆ ਰਹੀ ਹੈ,
ਤੇ ਤੁਸੀਂ ਉੱਥੋਂ UK ਜਾਂ ਆਸਟਰੀਆ, ਜਰਮਨੀ, ਇਟਲੀ, ਹੋਲੈਂਡ, ਪੋਲੈਂਡ ਕਈ ਕੰਟਰੀ ਦੇ ਵਿੱਚ ਤੁਸੀਂ ਵਿਜ਼ਿਟਰ ਟੂਰਿਸਟ ਵੀਜ਼ਾ ਤੇ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਬਹੁਤ ਸਾਰੇ ਬੱਚੇ ਜਿਹੜੇ ਕਿ ਅਸੀਂ ਸਾਈਪ੍ਰਸ ਭੇਜੇ ਸੀ 2014-15 ਦੇ ਵਿੱਚ, ਅੱਜ ਉਹ ਬਹੁਤ ਮੈਕਸੀਮਮ ਬੱਚੇ 90% ਬੱਚੇ ਉਹ ਅੱਗੇ ਮੂਵ ਹੋ ਚੁੱਕੇ ਦੂਸਰੀ ਕੰਟਰੀਜ਼ ਦੇ ਵਿੱਚ। ਸੋ ਆਪਸ਼ਨਸ ਬਹੁਤ ਅੱਛੀਆਂ ਨੇ ਤੁਹਾਡੇ ਕੋਲ, ਉੱਥੇ ਵੀ ਆਪਸ਼ਨਸ ਬਹੁਤ ਅੱਛੀਆਂ ਨੇ, ਲੇਕਿਨ ਪੋਜ਼ਿਟਿਵਿਟੀ ਦੇ ਨਾਲ, ਪੋਜ਼ਿਟਿਵ ਰਹਿ ਕੇ ਜਾਣਾ, ਹਾਰਡ ਵਰਕ ਕਰਨਾ, ਮਿਹਨਤ ਕਰਨੀ। ਔਰ ਇੱਥੇ ਜਿਹੜੀ ਚੀਜ਼ ਤੁਹਾਨੂੰ ਮੈਂ ਹਮੇਸ਼ਾ ਦੱਸਦਾ, ਅਗਰ ਤੁਸੀਂ ਮੇਰਾ ਪੁਰਾਣਾ ਸ਼ੋਅ ਦੇਖਿਆ ਤਾਂ ਉਹਦੇ 'ਚ ਮੈਂ ਬਹੁਤ ਬਰੀਫ ਵਿੱਚ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਕੋਈ ਸਕਿੱਲ ਸਿੱਖ ਕੇ ਜਾਓ, ਜ਼ਿਆਦਾ ਨਹੀਂ ਤਾਂ ਐਟਲੀਸਟ ਤੁਹਾਨੂੰ ਇੱਕ ਪੀਜ਼ਾ ਬਣਾਉਣਾ ਆਉਂਦਾ ਹੋਵੇ, ਕੌਫੀ ਬਣਾਉਣਾ ਆਉਂਦੀ ਹੋਵੇ, ਤਾਂ ਇਹਦੇ ਨਾਲ ਵੀ ਤੁਹਾਨੂੰ ਕੌਫੀ ਸ਼ੋਪ 'ਤੇ ਉੱਥੇ ਕਾਫੀ ਅੱਛੀਆਂ ਜੋਬ ਸਾਡੇ ਵਾਸਤੇ ਅਵੇਲੇਬਲ ਆ ਉੱਥੇ, ਜਿਹਦੇ ਵਿੱਚ ਤੁਸੀਂ 1200-1400 ਯੂਰੋ ਪਰ ਮੰਥ ਅਰਨ ਕਰ ਸਕਦੇ ਹੋ। ਸੋ ਇਹ ਸਾਡੇ ਉੱਥੇ ਬੱਚਿਆਂ ਦੇ, ਕਾਲਜ ਦੇ ਰੀਪ੍ਰਜੈਂਟੇਟਿਵ ਨਾਲ ਜੋ ਸਾਡੀ ਗੱਲ ਹੁੰਦੀ ਹੈ ਉਹ ਸਾਨੂੰ ਇਨਫੋਰਮੇਸ਼ਨ ਦਿੰਦੇ ਆ। ਅਸੀਂ ਆਪਣੇ ਕੋਲੋਂ ਇਹ ਗੱਲਾਂ ਨਹੀਂ ਬਣਾ ਰਹੇ, ਆਪਣੇ ਕੋਲੋਂ ਤੁਹਾਨੂੰ ਸ਼ੇਅਰ ਨਹੀਂ ਕਰ ਰਹੇ, ਅਸੀਂ ਵੀ ਇਸ ਚੀਜ਼ ਨੂੰ ਪ੍ਰੋਪਰਲੀ ਵੈਰੀਫਾਈ ਕਰਕੇ ਤਾਂ ਹੀ ਤੁਹਾਡੇ ਤੱਕ ਇਹ ਚੀਜ਼ਾਂ ਲੈ ਕੇ ਆਉਂਦੇ ਹਾਂ, ਤਾਂ ਕਿ ਕੋਈ ਬੱਚਾ ਸਾਨੂੰ ਚੈਲੇਂਜ ਨਾ ਕਰੇ ਕਿ ਤੁਸੀਂ ਤਾਂ ਸਰ ਹਵਾ 'ਚ ਗੱਲ ਕਰ ਰਹੇ ਹੋ, ਕਿਹੜੇ ਬੱਚੇ ਨੂੰ 200-1400 ਯੂਰੋ ਉੱਥੇ ਸੈਲਰੀ ਮਿਲਦੀ ਹੈ। ਮੈਂ ਇਸ ਤਰ੍ਹਾਂ ਦੀ, ਮੇਰੇ ਕੋਲ ਵੀਡੀਓਜ਼ ਹੈ, ਬੱਚੇ ਜਿਹੜੇ ਕਿ 6-6-7-7 ਸਾਲ ਹੋ ਗਏ ਜਿਹਨਾਂ ਨੂੰ ਗਏ, ਉਹ ਜਦੋਂ ਆ ਕੇ ਮੈਨੂੰ ਇੱਥੇ ਆ ਕੇ ਮਿਲੇ, ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਉੱਥੇ ਘਰ ਬਣਾ ਲਿਆ, ਇੰਡੀਆ ਦੇ ਵਿੱਚ ਮੈਂ ਆਪਣੇ ਪੇਰੈਂਟਸ ਨੂੰ ਘਰ ਲੈ ਕੇ ਦਿੱਤਾ, ਆਪਣੇ ਪੇਰੈਂਟਸ ਨੂੰ ਕਾਰ ਲੈ ਕੇ ਦਿੱਤੀ, ਆਪਣੇ ਦੋ ਸਿਸਟਰਸ ਦੀ ਮੈਰਿਜ ਕਰ ਦਿੱਤੀ, ਸਾਰਾ ਪੈਸਾ ਮੈਂ ਲਗਾਇਆ। ਸੋ ਇੰਨਾ ਹਾਰਡਵਰਕ ਕਰਕੇ ਉੱਥੇ ਲੋਕ ਪੈਸਾ ਕਮਾ ਰਹੇ ਨੇ, ਤਾਂ ਹੀ ਉਹ ਅੱਗੋਂ ਕਹਿ ਰਹੇ ਨੇ ਕਿ ਆਪਣੇ ਸਿਸਟਰ ਨੂੰ, ਬ੍ਰਦਰ ਨੂੰ, ਕਜ਼ਨ ਨੂੰ, ਫਰੈਂਡਸ ਨੂੰ ਕਿ ਤੁਸੀਂ ਵੀ ਆ ਜਾਓ, ਕਿਉਂਕਿ ਅੱਜ ਦੀ ਡੇਟ 'ਚ ਉਹ ਪੁਰਾਣਾ, ਅਗਰ 10 ਸਾਲ ਦੀ ਗੱਲ ਕਰਾਂ ਤਾਂ ਸਾਈਪ੍ਰਸ ਦੀ ਜ਼ਮੀਨ ਆਸਮਾਨ ਦਾ ਫਰਕ ਹੈ। ਅੱਜ ਤੁਸੀਂ ਉੱਥੇ ਜਾ ਕੇ, ਅੱਜ ਹਰ ਬੱਚਾ ਜਿਹੜਾ ਉੱਥੇ ਗਿਆ, ਪੁਰਾਣੇ ਸਟੂਡੈਂਟਸ ਜਿਹੜੇ ਕਹਿ ਰਹੇ ਨੇ ਕਿ ਅਸੀਂ ਪੁਰਾਣੇ ਗਏ ਸੀ, 10 ਸਾਲ ਪਹਿਲੇ ਗਏ ਸੀ, ਇੰਡੀਆ ਵਾਪਸ ਆ ਗਏ, ਸਾਨੂੰ ਸਕੋਪ ਅੱਛਾ ਨਹੀਂ ਨਜ਼ਰ ਆਇਆ, ਅੱਜ ਉਸ ਚੀਜ਼ ਨੂੰ ਵੈਰੀਫਾਈ ਕਰਨ, ਅਤੇ ਕੱਲ੍ਹ ਹੀ ਉਹ ਕਿਸੇ ਨਾ ਕਿਸੇ ਕੰਸਲੈਂਟ ਦੇ ਆਫਿਸ ਪਹੁੰਚੇ ਹੋਣਗੇ ਦੁਬਾਰਾ ਸਾਈਪ੍ਰਸ ਦੀ ਫਾਈਲ ਲਗਾਉਣ ਵਾਸਤੇ। ਜੀ ਅੱਛਾ ਸਰ, ਸਾਈਪ੍ਰਸ ਦੀ ਆਪਾਂ ਗੱਲ ਕਰ ਲਈ, ਪਰ ਭਵਿੱਖ ਕੀ ਹੈਗਾ ਬੱਚੇ ਨੇ? ਚਲੋ 2-3 ਸਾਲ ਜਾ ਕੇ ਉੱਥੇ ਕਰ ਲਈ ਕਮਾਈ, ਤੁਸੀਂ ਦੱਸਿਆ ਕਿ ਅੱਜ ਹੈ ਜੋਬਸ, ਉਸ ਤੋਂ ਬਾਅਦ ਕੀ ਕਰੇਗਾ? ਬਹੁਤ ਹੀ ਅੱਛਾ ਕੁਐਸਚਨ ਹੈ, ਕਿਉਂਕਿ ਇਹ ਕੁਐਸਚਨ ਹਮੇਸ਼ਾ ਹੀ ਮਨਾ ਕੀਤਾ ਜਾਂਦਾ ਹੈ ਕੰਸਲਟੈਂਟ ਵੱਲੋਂ, ਕਿ ਜਿਹੜੇ ਸਾਈਪ੍ਰਸ ਨੂੰ ਪ੍ਰਮੋਟ ਕਰਦੇ ਨੇ, ਕਿ ਆਹ ਤਾਂ ਕੁਐਸਚਨ ਸਾਡੇ ਕੋਲ ਕੋਈ ਨਾ ਹੀ ਪੁੱਛੇ। ਹੁਣ ਉਹਦੇ ਵਿੱਚ, ਕਿਉਂਕਿ ਪ੍ਰੋਪਰ ਬਰੀਫ ਵਿੱਚ ਨੌਲੇਜ ਖੁਦ ਨੂੰ ਨਹੀਂ ਹੈ ਔਰ ਪਤਾ ਨਹੀਂ ਕਿ ਇਹਦਾ ਆਂਸਰ ਦੇਣਾ, ਉੱਥੇ ਮੈਡਮ ਇੱਕ ਪਿੰਕ ਸਲਿਪ, ਪਿੰਕ ਕਾਰਡ ਉੱਥੇ ਇਸ਼ੂ ਹੋ ਜਾਂਦਾ। ਅਗਰ ਉਹ ਕਦੋਂ ਹੁੰਦਾ, ਜਦੋਂ ਤੁਸੀਂ ਉੱਥੇ ਕਿਸੇ ਵੀ ਉਹਨਾਂ ਦੇ ਸਿਟੀਜ਼ਨ ਦੇ ਨਾਲ ਤੁਸੀਂ ਲੜਕੀ ਨਾਲ ਮੈਰਿਜ ਕਰ ਲੈਂਦੇ ਹੋ। ਸੋ ਇਹ ਈਜ਼ੀ ਨਹੀਂ ਹੈ, ਲੇਕਿਨ ਅਗਰ ਤੁਸੀਂ ਉੱਥੇ ਜਾ ਕੇ 4-5 ਸਾਲ ਸਟੱਡੀ ਵੀਜ਼ਾ 'ਤੇ ਰਹਿੰਦੇ ਹੋ, ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦੀ ਲੋਕਲ ਲੈਂਗੁਏਜ ਤੁਸੀਂ ਜ਼ਿਆਦਾ ਕੈਚ ਕਰ ਲੈਂਦੇ ਹੋ। ਜਿੱਥੇ ਜੋਬ ਵਗੈਰਾ ਕਰ ਰਹੇ ਹੋ, ਤੁਹਾਨੂੰ ਕੋਈ ਲੜਕੀ ਅੱਛੀ ਮਿਲਦੀ ਹੈ, ਤੁਸੀਂ ਉਹਨਾਂ 'ਚ ਕਰ ਸਕਦੇ ਹੋ, ਆਪਣੀ ਮੈਰਿਜ ਕਰ ਸਕਦੇ ਹੋ, ਸੈੱਟ ਹੋ ਸਕਦੇ ਹੋ ਉਸੇ ਕੰਟਰੀ ਦੇ ਵਿੱਚ, ਜਾਂ ਤੁਸੀਂ ਕੰਟੀਨਿਊਸਲੀ PR ਵਰਕ ਪਰਮਿਟ ਉੱਥੇ ਆਪਣਾ ਐਕਸਟੈਂਡ ਕਰਵਾ ਸਕਦੇ ਹੋ। ਸੋ ਸਟੱਡੀ ਨੂੰ ਆਪਣੀ ਕੰਟੀਨਿਊ ਕਰ ਸਕਦੇ ਹੋ, ਲੇਕਿਨ ਇਹ ਰਿਐਲਿਟੀ ਹੈ ਕਿ ਮੈਰਿਜ ਤੋਂ ਇਲਾਵਾ ਉੱਥੇ PR ਦੇ ਚਾਂਸਿਸ ਬਹੁਤ ਹੀ ਘੱਟ ਨੇ। ਲੇਕਿਨ ਅਗਰ ਮੈਂ ਗੱਲ ਕਰਾਂ ਡੂਇੰਗ ਸਟੱਡੀ, ਤੁਸੀਂ ਉੱਥੇ 7-8 ਈਅਰਸ ਜਾਂ ਉਸ ਤੋਂ ਬਾਅਦ ਵਰਕ ਪਰਮਿਟ ਵੀ ਆਪਣਾ ਵੀਜ਼ਾ ਐਕਸਟੈਂਡ ਕਰਵਾ ਸਕਦੇ ਹੋ। ਤੁਸੀਂ ਸਟੱਡੀ ਦੇ ਪੈਸਾ ਨਹੀਂ ਖਰਚਣਾ, ਤਾਂ ਵਰਕ ਪਰਮਿਟ ਵੀ ਆਪਣਾ ਐਕਸਟੈਂਡ ਕਰਵਾ ਸਕਦੇ ਹੋ। ਜਿਹੜਾ ਇੰਪਲਾਇਰ ਤੁਹਾਨੂੰ ਉੱਥੇ ਜੋਬ ਦੇ ਰਿਹਾ, ਹੁਣ ਉਹ ਕੌਣ ਕਰੇਗਾ? ਸਾਡੇ ਘਰ ਦੇ ਵਿੱਚ ਮੰਨ ਲਓ ਕੋਈ ਮੇਡ ਹੈ, ਕਿ ਅਸੀਂ ਕੋਈ ਬੰਗਲਾਦੇਸ਼ੀ ਹੈ, ਕੋਈ ਪਾਕਿਸਤਾਨ, ਕਿਸੇ ਵੀ ਕੰਟਰੀ ਦੀ ਕੋਈ ਮੇਡ ਸਾਡੇ ਘਰ ਹੈ, ਅਤੇ ਅਸੀਂ ਕਿਹਦਾ ਵਰਕ ਪਰਮਿਟ ਅਸੀਂ ਐਕਸਟੈਂਡ ਕਰਾਵਾਂਗੇ? ਉਹੀ ਜਿਹੜਾ ਹਾਰਡ ਵਰਕਰ ਹੋਏਗੀ, ਜਿਹਦੀ ਸਾਨੂੰ ਹੋਏਗੀ ਕਿ ਅਸੀਂ ਉੱਥੇ ਡਿਪੈਂਡੈਂਟ ਹੈ ਕਿ ਉਹ ਬਹੁਤ ਅੱਛਾ ਕੰਮ ਕਰ ਰਿਹਾ, ਚਾਹੇ ਉਹ ਸਾਡੇ ਆਫਿਸ ਹੈ, ਚਾਹੇ ਉਹ ਸਾਡੇ ਘਰ ਹੈ, ਅਤੇ ਚਾਹੇ ਉਹ ਸਾਡੇ ਕਿਤੇ ਜੇਬ ਵਿੱਚ ਕਿਸੇ ਵੀ ਚੀਜ਼ 'ਤੇ ਹੈ। ਸੋ ਅਗਰ ਤੁਸੀਂ ਉੱਥੇ ਆਪਣੀ ਡੈਡੀਕੇਸ਼ਨ ਦੇ ਨਾਲ ਅੱਛਾ ਵਰਕ ਕਰ ਰਹੇ ਹੋ, ਤੁਹਾਡਾ ਇੰਪਲਾਇਰ ਤੁਹਾਡੇ ਕੋਲ ਖੁਸ਼ ਹੈ, ਅਤੇ ਤੁਹਾਡਾ ਵੀਜ਼ਾ ਐਕਸਟੈਂਡ ਕਰਵਾਉਂਦਾ ਰਹੇਗਾ। ਸੋ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਕਿ ਵੀਜ਼ਾ ਉੱਥੇ ਐਕਸਟੈਂਡ ਕਰਵਾ ਰਹੇ ਨੇ, ਆਪਣਾ ਪਰ ਈਅਰ ਉੱਥੇ ਵੀਜ਼ਾ ਐਕਸਟੈਂਡ ਹੁੰਦਾ ਰਹਿੰਦਾ ਤੁਹਾਡਾ, ਔਰ ਅਰਨਿੰਗ ਅੱਜ ਦੀ ਡੇਟ 'ਚ ਅਗਰ ਤੁਸੀਂ 5-7-10 ਸਾਲ ਵੀ ਸਾਈਪ੍ਰਸ ਵਰਗੀ ਕੰਟਰੀ ਦੇ ਵਿੱਚ ਲਗਾਤੇ, ਤਾਂ ਤੁਸੀਂ ਬਹੁਤ ਜ਼ਿਆਦਾ ਅੱਛਾ ਪੈਸਾ ਕਮਾ ਕੇ ਵਾਪਸ ਇੰਡੀਆ ਆ ਸਕਦੇ ਹੋ।
ਦੋ ਤਿੰਨ ਸਾਲ ਉੱਥੇ ਪੈਸਾ ਕਮਾ ਕੇ ਤੁਸੀਂ ਕਿਸੇ ਵੱਡੀ ਕੰਟਰੀ ਮੂਵ ਹੋਣਾ ਤਾਂ ਉਹ ਵੀ ਤੁਹਾਡੇ ਕੋਲ 100% ਆਪਸ਼ਨ ਹੈ, ਕਿਉਂਕਿ ਸਾਈਪ੍ਰਸ ਦੇ ਵਿੱਚ ਚੀਜ਼ ਮੈਂ ਹੋਰ ਦੱਸਦਾ, ਬਹੁਤ ਸਾਰੇ ਬੱਚਿਆਂ ਦੀ ਉੱਥੇ ਜਾ ਕੇ ਇੰਟਰਵਿਊ ਹੁੰਦੀ ਹੈ ਦਿੱਲੀ ਏਅਰਪੋਰਟ 'ਤੇ ਵੀ ਅਤੇ ਸਾਈਪ੍ਰਸ ਵਿੱਚ ਵੀ। ਉਹ ਕਿਉਂ ਹੁੰਦੀ ਹੈ ਤੁਹਾਨੂੰ ਮੈਂ ਦੱਸਣਾ ਬਹੁਤ ਜ਼ਰੂਰੀ ਹੈ। ਕੋਈ ਜ਼ਿਆਦਾ ਬਰੀਫ ਵਿੱਚ ਇਨਫੋਰਮੇਸ਼ਨ ਨਹੀਂ ਲੈਂਦੇ, ਸਿਰਫ ਉਹ ਇਹ ਚੈੱਕ ਕਰਦੇ ਆ ਕਿ ਵਾਕਈ ਜਿਹੜਾ ਬੱਚਾ ਆਇਆ ਇਹਨੂੰ ਆਪਣੇ ਕੋਰਸ ਬਾਰੇ ਪਤਾ ਹੈ, ਕਿ ਵਾਕਈ ਇਹ ਜੈਨੂਇਨ ਬੱਚਾ, ਕਿਉਂਕਿ ਉੱਥੋਂ ਬਹੁਤ ਜ਼ਿਆਦਾ ਬੱਚੇ ਡੋਂਕੀ ਲਗਵਾਉਂਦੇ ਨੇ ਇਟਲੀ, ਫਰਾਂਸ, ਪੋਲੈਂਡ ਵਰਗੀ ਕੰਟਰੀਆਂ ਦੀ, ਆਸਟਰੀਆ ਕੰਟਰੀ ਦੀ, ਪੁਰਤਗਾਲ ਕੰਟਰੀ ਦੀ। ਸੋ ਇਸ ਕਰਕੇ ਉਹਨਾਂ ਨੂੰ ਹੁੰਦਾ ਕਿ ਜਿਹੜਾ ਬੱਚਾ ਇੱਥੇ ਆ ਰਿਹਾ ਉਹ ਜੈਨੂਇਨ ਸਟੂਡੈਂਟ ਹੈ, ਜੈਨੂਇਨ ਕਲਾਇੰਟ ਹੈ, ਕਿ ਉਹ ਕੋਈ ਡੋਂਕੀ ਲਗਾਉਣ ਵਾਸਤੇ ਤਾਂ ਨਹੀਂ ਆਇਆ। ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਉੱਥੇ ਡੋਂਕੀ ਲਗਾਉਣੀ ਇੰਨੀ ਈਜ਼ੀ ਹੈ ਕਿ ਪੂਰੇ ਲੋਕ ਉੱਥੇ ਡੋਂਕੀ ਲਗਾਉਣ ਵਾਸਤੇ ਜਾਂਦੇ ਹੈ, ਅਤੇ ਤੁਸੀਂ ਤਾਂ ਜੈਨੂਇਨ ਸਟੂਡੈਂਟਸ ਹੋ, ਤੁਹਾਡੇ ਕੋਲ ਤਾਂ ਵਰਕਿੰਗ ਰਾਈਟਸ ਹੈ, ਤੁਹਾਡੇ ਕੋਲ ਤਾਂ ਕਾਲਜ ਦੀ NOC ਹੈ, ਅਤੇ ਤੁਹਾਨੂੰ ਵੀਜ਼ਾ ਲੈ ਕੇ ਦੂਸਰੀ ਕੰਟਰੀ 'ਚ ਮੂਵ ਹੋਣਾ ਬਹੁਤ ਜ਼ਿਆਦਾ ਈਜ਼ੀ ਹੈ ਜੀ। ਅੱਛਾ ਸਰ, ਪਿੰਕ ਸਲਿੱਪ ਦੀ ਗੱਲ ਕੀਤੀ ਸੀ, ਉਹ ਕਿੱਦਾਂ ਮਿਲੇਗੀ ਜੇ ਪਿੰਕ ਸਲਿੱਪ ਨਹੀਂ ਹੈਗੀ ਤਾਂ ਕੰਮ ਕਰਨ ਦੇ ਰਾਈਟਸ? ਹਾਂ ਬਿਲਕੁਲ ਮੈਮ, ਬਹੁਤ ਅੱਛੀ ਗੱਲ ਤੁਸੀਂ ਪੁੱਛੀ। ਦੇਖੋ, ਤੁਹਾਨੂੰ ਇਮੀਗ੍ਰੇਸ਼ਨ ਜੋ ਤੁਸੀਂ ਕਰਵਾ ਲੈਂਦੇ ਹੋ, ਕਈ ਉੱਥੇ ਇੰਪਲਾਈਡ ਜਿਹੜੇ ਕਿ ਤਾਂ ਹੀ ਤੁਹਾਨੂੰ ਕੰਮ ਦਿੰਦੇ ਆ ਜੇ ਤੁਹਾਡੇ ਕੋਲ ਪਿੰਕ ਸਲਿੱਪ ਹੈ। ਪਿੰਕ ਸਲਿੱਪ ਕਈ ਕਾਲਜ ਵਾਲੇ ਤੁਹਾਨੂੰ 3 ਮੰਥ ਵੀ ਪ੍ਰੋਵਾਈਡ ਕਰਵਾ ਦਿੰਦੇ ਆ, ਕਈ 4 ਅਤੇ ਕਈ 6 ਮੰਥ, ਜਿਹੜੇ ਡਿਪੈਂਡ ਕਰਦਾ ਤੁਸੀਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਆਪਣਾ ਕੇਸ ਪ੍ਰੋਸੈਸ ਕੀਤਾ। ਆਫਟਰ ਦੈਟ ਜਦੋਂ ਤੁਹਾਨੂੰ ਪਿੰਕ ਸਲਿੱਪ ਮਿਲ ਗਈ, ਤੁਸੀਂ ਡਿਲੀਵਰੀ ਦੀ ਜੋਬ ਉਦੋਂ ਹੀ ਕਰ ਸਕਦੇ ਹੋ, ਉਸ ਤੋਂ ਪਹਿਲੇ ਤੁਹਾਨੂੰ ਡਿਲੀਵਰੀ ਦੀ ਜੋਬ ਨਹੀਂ ਮਿਲੇਗੀ, ਲੇਕਿਨ ਹੋਰ ਜੋਬਸ ਦੀ ਆਪਸ਼ਨ ਤੁਹਾਡੇ ਕੋਲ ਜ਼ਰੂਰ ਹੈ। ਹੁਣ ਕੋਸ਼ਿਸ਼ ਕਰੋ ਉਸ ਕਾਲਜ ਦੇ ਵਿੱਚ ਆਪਣਾ ਕੇਸ ਅਪਲਾਈ ਕਰੋ, ਪ੍ਰੋਸੈਸ ਕਰੋ, ਜਿੱਥੇ ਤੁਹਾਨੂੰ 3 ਤੋਂ 4 ਮਹੀਨੇ ਬਾਅਦ ਤੁਹਾਨੂੰ ਪਿੰਕ ਸਲਿੱਪ ਮਿਲ ਜਾਏ, ਤਾਂ ਕਿ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਉੱਥੇ 1200 ਤੋਂ ਲੈ ਕੇ 2000 ਯੂਰੋ ਪਰ ਮੰਥ ਅਰਨ ਕਰ ਸਕਦੇ ਹੋ, ਅਤੇ ਵਾਕਈ ਤੁਸੀਂ ਓਰਨਿਕ ਅਮਾਊਂਟ ਨੂੰ ਤੁਸੀਂ ਟੱਚ ਕਰ ਪਾਓ, ਇੰਨਾ ਪੈਸਾ ਤੁਸੀਂ ਕਮਾ ਸਕੋ। ਉਹਦੇ ਵਾਸਤੇ ਸਿਰਫ ਔਰ ਸਿਰਫ ਤੁਹਾਡੇ 'ਚ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਅਗਰ ਮੈਂ ਆਪਣੇ ਪੇਰੈਂਟਸ ਦਾ ਮਿਹਨਤ ਦਾ ਪੈਸਾ ਲਗਾ ਕੇ ਆਇਆ, 2-3 ਮੰਥ 2-3 ਮੰਥ ਕਿਸੇ ਵੀ ਕੰਟਰੀ ਚਲੇ ਜਾਓ, ਚਾਹੇ ਤੁਸੀਂ US ਜਾਓ, ਚਾਹੇ ਕੈਨੇਡਾ ਜਾਓ, ਚਾਹੇ ਇੰਡੀਆ ਤੋਂ ਤੁਸੀਂ ਇੱਕ ਸਟੇਟ ਹੀ ਚੇਂਜ ਕਰਕੇ ਦੂਸਰੀ ਸਟੇਟ ਹੀ ਚਲੇ ਜਾਓ, ਤਾਂ ਉੱਥੇ ਲੈਂਗੁਏਜ ਚੇਂਜ ਹੋ ਜਾਂਦੀ ਹੈ, ਤਾਂ ਉੱਥੋਂ ਦਾ ਵੈਦਰ ਚੇਂਜ ਹੋ ਜਾਂਦਾ, ਤੁਹਾਨੂੰ ਉੱਥੇ ਵੀ ਸਮਝਣ 'ਤੇ, ਥੋੜ੍ਹਾ ਜੋਬ ਸਰਚ ਕਰਨ 'ਤੇ, ਰਸਤਿਆਂ ਨੂੰ ਸਮਝਣ 'ਤੇ ਥੋੜ੍ਹਾ ਟਾਈਮ ਲੱਗਦਾ। ਅਤੇ ਇਹ ਚੀਜ਼ ਕਦੀ ਨਾ ਸੋਚਿਆ ਕਰੋ ਕਿ ਮੈਂ ਕਿਸੇ ਕੰਟਰੀ ਗਿਆ, ਜਾਂਦੇ ਮੈਨੂੰ ਜੋਬ ਮਿਲ ਜਾਏਗੀ। 2-3 ਮੰਥ ਤੁਹਾਨੂੰ ਜ਼ਰੂਰ ਟਾਈਮ ਲੱਗਦਾ, ਉਹਦੇ ਨਾਲ ਨਾਲ ਤੁਸੀਂ ਆਪਣੀ ਗ੍ਰੀਕ ਦੀਆਂ ਕਲਾਸਿਸ ਜ਼ਰੂਰ ਉੱਥੇ ਲਗਾਓ, ਉਹਦੇ ਨਾਲ ਨਾਲ ਤੁਸੀਂ ਵਿੰਡੋ ਸ਼ਾਪਿੰਗ ਕਰੋ, ਜਿੰਨਾ ਕਮਿਊਨੀਕੇਟ ਕਰ ਸਕਦੇ ਹੋ ਲੋਕਲ ਪੀਪਲਸ ਦੇ ਨਾਲ, ਉਨਾ ਜ਼ਿਆਦਾ ਕਮਿਊਨੀਕੇਟ ਕਰੋ, ਤਾਂ ਕਿ ਤੁਹਾਨੂੰ ਉੱਥੋਂ ਦੀ ਲੈਂਗੁਏਜ ਸਮਝਣ ਦੀ ਅੱਛੀ ਕੋਸ਼ਿਸ਼ ਕਰੋ, ਤਾਂ ਕਿ ਤੁਸੀਂ ਲੈਂਗੁਏਜ ਸਮਝ ਸਕੋ, ਆਪਣੀ ਇੰਗਲਿਸ਼ ਨੂੰ ਅੱਛਾ ਇੰਪਰੂਵ ਕਰਕੇ ਜਾਓ, ਕਿਉਂਕਿ ਤੁਹਾਨੂੰ ਉੱਥੇ ਅੱਛੇ ਹੋਟਲਸ ਦੇ ਵਿੱਚ, ਕਿਉਂਕਿ ਹੋਟਲਸ ਦੇ ਵਿੱਚ ਉਹ ਜ਼ਰੂਰ ਦੇਖਦੇ ਆ ਕਿ ਐਟਲੀਸਟ ਤੁਹਾਨੂੰ ਥੋੜ੍ਹੀ ਬਹੁਤ ਇੰਗਲਿਸ਼ ਸਮਝਣੀ ਔਰ ਬੋਲਣੀ ਜ਼ਰੂਰ ਆਉਂਦੀ ਹੋਵੇ, ਬਿਕੋਜ਼ ਆਫ ਕਿ ਜਿਹੜਾ ਟੂਰਿਸਟ ਕੰਟਰੀ ਹੈ, ਜਿਹੜਾ ਸਾਈਪ੍ਰਸ ਹੈ, ਉਹ ਟੂਰਿਸਟ ਕੰਟਰੀ ਹੈ, ਪੂਰੇ ਵਰਲਡ ਤੋਂ, ਪੂਰੇ ਯੂਰਪ ਤੋਂ, ਈਵਨ UK ਤੋਂ ਬਹੁਤ ਜ਼ਿਆਦਾ ਲੋਕ ਉੱਥੇ ਘੁੰਮਣਾ ਪਸੰਦ ਕਰਦੇ ਆ, ਕਿਉਂਕਿ ਵਰਲਡ ਦੀਆਂ, ਅਗਰ ਤੁਸੀਂ ਗੂਗਲ ਕਰੋਗੇ, ਵਰਲਡ ਦੀਆਂ ਸਭ ਤੋਂ ਸੁੰਦਰ, ਸਭ ਤੋਂ ਅੱਛੀਆਂ ਬੀਚਿਸ ਸਾਈਪ੍ਰਸ ਵਿੱਚ ਹੈ। ਬਿਲਕੁਲ ਜੀ। ਸੋ ਸਰ, ਸਵਾਲ ਤਾਂ ਮੇਰੇ ਬਹੁਤ ਸੀਗੇ, ਪਰ ਸਮਾਂ ਸਾਡੇ ਕੋਲ ਨਹੀਂ ਹੈਗਾ, ਸੋ ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮੱਚ, ਔਰ ਤੁਹਾਡੀ ਟੈਕਨੀਕਲ ਟੀਮ ਦਾ ਵੀ ਥੈਂਕਸ, ਜਿਹੜਾ ਕਿ ਤੁਸੀਂ ਮੈਨੂੰ ਕਾਫੀ ਈਅਰਸ ਤੋਂ ਕੰਟੀਨਿਊ ਇਨਵਾਈਟ ਕਰ ਰਹੇ ਹੋ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ। ਸੋ ਮੈਂ ਆਪਣੇ ਸਵਾਲ ਅਗਲੇ ਸ਼ੋਅ ਦੇ ਵਿੱਚ ਪੁੱਛਾਂਗੀ, ਪਰ ਤੁਹਾਡੇ ਕੋਲ ਕੋਈ ਵੀ ਸਵਾਲ ਹੈਗੇ ਤਾਂ ਤੁਸੀਂ ਸਾਈ ਓਵਰਸੀਜ਼ ਦੇ ਆਫਿਸ ਦੇ ਵਿੱਚ ਕਾਲ ਕਰਨੀ ਹੈ, ਇਹਨਾਂ ਦੇ ਆਫਿਸ ਦੇ ਵਿੱਚ ਵੀ ਪਹੁੰਚਣਾ, ਅਤੇ ਹੁਣ ਕੁਝ ਇੱਕ ਸਟੂਡੈਂਟਸ ਦੀਆਂ ਸਕਸੈਸ ਸਟੋਰੀਜ਼ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੁਸੀਂ ਉਹਨਾਂ ਦੀ ਗੱਲਬਾਤ ਸੁਣੋ, ਅਤੇ ਉਸ ਤੋਂ ਬਾਅਦ ਤੁਸੀਂ ਵੀ ਇਹਨਾਂ ਸਟੂਡੈਂਟਸ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਪੂਰਾ ਭਵਿੱਖ ਜਿਹੜਾ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਸਿਮਰਤਪਾਲ ਸਿੰਘ ਹੈ, ਮੈਂ ਗੁਰਦਾਸਪੁਰ ਤੋਂ ਬਲੋਂਗ ਕਰਦਾ ਹਾਂ, ਅਤੇ ਮੇਰਾ ਛੋਟੀ ਖਾਬੀ ਕਿ ਮੈਂ ਬਾਹਰ ਸਟੱਡੀ ਕਰਨ ਜਾਵਾਂ, ਅਤੇ ਜਦੋਂ ਮੇਰੀ ਪਲੱਸ ਟੂ ਹੋਈ ਅਤੇ ਮੈਂ ਹੁਣ ਏਜੈਂਟ ਤੋਂ ਕੈਨੇਡਾ ਦੀ ਫਾਈਲ ਲਗਾਈ, ਅਤੇ ਮੈਂ 2 ਵਾਰੀ ਰਿਫਿਊਜ਼ ਹੋ ਗਿਆ, ਅਤੇ ਬਾਅਦ ਮੇਰੇ ਫਰੈਂਡ ਨੇ ਸੁਜੈਸ਼ਨ ਕੀਤਾ ਕਿ ਤੂੰ ਇੱਕ ਵਾਰੀ ਸਾਈ ਯੂਨੀਵਰਸਿਟੀ ਆ, ਅਤੇ ਨਾਲੇ ਸਾਈਪ੍ਰੈਸ ਦੀ ਫਾਈਲ ਲਗਾ, ਉਹ ਬਹੁਤ ਵਧੀਆ ਬੈਸਟ ਕੰਟਰੀ ਆ, ਅਤੇ ਨਾਲੇ ਸਟੱਡੀ ਵੀਜ਼ਾ ਲਗਾ ਲਿਆ, ਅਤੇ
ਮੈਂ ਗਿਆ ਸਾਈ ਓਵਰਸੀਜ਼ ਐਂਡ ਮੈਂ ਫਾਈਲ ਪ੍ਰੋਸੈਸ ਕੀਤੀ ਅਤੇ ਮੈਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ ਅਤੇ ਮੇਰਾ ਥੋੜ੍ਹੇ ਹੀ ਟਾਈਮ ਵਿੱਚ ਵੀਜ਼ਾ ਆ ਗਿਆ। ਨਾਲੇ ਇਹਨਾਂ ਨੇ ਮੇਰੀ ਸਾਰੀ ਫੀਸ ਆਫਟਰ ਵੀਜ਼ਾ ਲਈ ਹੈ ਅਤੇ ਮੈਂ ਬਾਕੀ ਆਪਣੇ ਮਾਝੇ ਦੇ ਭਰਾਵਾਂ ਸਾਰਿਆਂ ਨੂੰ ਕਹਿੰਦਾ ਜਿੰਨਾ ਕੁ ਕੈਨੇਡਾ, ਯੂਕੇ, ਆਸਟ੍ਰੇਲੀਆ ਜਿੱਥੇ ਵੀ ਕੋਈ ਫਾਈਲ ਲਗਾਉਣੀ ਹੈ ਇੱਕ ਵਾਰੀ ਸਾਈ ਓਵਰਸੀਜ਼ ਜ਼ਰੂਰ ਵਿਜ਼ਿਟ ਕਰੋ। ਕਿੱਥੋਂ ਆਏ ਹੋ ਸੀ? ਅੰਮ੍ਰਿਤਸਰ ਤੋਂ ਆਏ ਹੋ ਤੇ ਅੰਮ੍ਰਿਤਸਰ ਤੁਸੀਂ ਰਣਜੀਤ ਐਵਨਿਊ ਛੋੜ ਕੇ ਜਲੰਧਰ? ਬਿਕੋਜ਼ ਸਰ ਪਾਪਾ ਨੇ ਆਲਰੇਡੀ ਤੁਹਾਡੀ ਐਡਵਰਟਾਈਜ਼ਮੈਂਟ ਦੇਖੀ ਸੀ ਤੇ ਉਹਨਾਂ ਨੂੰ ਇਹ ਸੀ ਕਿ ਕਾਫੀ ਸਕਸੈਸਫੁਲ ਰੇਟ ਹੈਗਾ ਜੀ, ਸੋ ਵੀ ਕੈਨ ਮੂਵ। ਠੀਕ ਹੈ ਸਰ, ਤੁਸੀਂ ਫਿਰ ਐਡਵਾਈਸ ਕੀਤਾ ਆਪਣੇ ਬੱਚੇ ਨੂੰ? ਹਾਂਜੀ, ਇੱਥੇ ਸਕਸੈਸ 100% ਮਿਲ ਰਹੀ ਹੈ ਜੀ, ਸਾਨੂੰ ਤੇ ਇਹੀ ਨਹੀਂ ਇਸ ਕਰਕੇ। ਤੁਸੀਂ ਇੰਸਟਾਗ੍ਰਾਮ ਜਾਂ ਯੂਟਿਊਬ ਕਿਸ ਚੀਜ਼ ਦੇ ਕਿਸ ਪਲੇਟਫਾਰਮ ਤੇ? ਇੰਸਟਾਗ੍ਰਾਮ। ਠੀਕ ਹੈ, ਸਾਰੀਆਂ ਵੀਡੀਓਜ਼ ਦੇਖ ਰਹੇ ਸੀ ਤੇ ਵਿਸ਼ਵਾਸ ਸੀ ਕਿ ਅੱਜ ਬੱਚੇ ਦਾ ਵੀਜ਼ਾ ਆਇਆ ਹੋਏਗਾ। ਚਲੋ, ਕੋਈ ਆਲਰੇਡੀ ਗਿਆ ਤੁਹਾਡਾ ਸਾਈਪ੍ਰਸ? ਮੈਂ ਫਸਟ ਟਾਈਮ ਜਾ ਰਹੇ ਹੋ? ਚਲੋ, ਥੈਂਕ ਯੂ ਜੀ।